ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾੜੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਆਉਂਦੇ ਹਾਂ ਔਰ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਦੇ ਦੌਰਾਨ ਸਿਨਸਿਨੈਟੀ ਓਹਾਇਓ ਤੋਂ ਸਾਡਾ ਕਾਰਵਾ ਸ਼ੁਰੂ ਹੋਇਆ ਸੀਗਾ, ਜੋ ਕਿ ਸ਼ਿਕਾਗੋ ਡਿਮੋਇਨਸ ਹੁੰਦੇ ਹੋਏ ਅੱਜ ਕੈਂਸਸ ਪਹੁੰਚਿਆ, ਜਿੱਥੇ ਅਸੀਂ ਤੁਹਾਨੂੰ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਸੰਗਤਾਂ ਨਾਲ ਔਰ ਉਹਨਾਂ ਪ੍ਰਬੰਧਕਾਂ ਨਾਲ ਜਾਣੂ ਵੀ ਕਰਾਵਾਂਗੇ, ਰਾਬਤਾ ਵੀ ਕਾਇਮ ਕਰਾਵਾਂਗੇ, ਜਿਨ੍ਹਾਂ ਨੇ ਕੈਂਸਸ ਦੇ ਵਿੱਚ ਵਸਦੇ ਔਰ ਕੈਂਸਸ ਦੇ ਵਿੱਚ ਉਹਨਾਂ ਸਾਰੇ ਭਾਈਚਾਰੇ ਨੂੰ ਆਪਣੀ ਉਸ ਰਿਕੋਗਨੀਸ਼ਨ ਦੇ ਸਦਕਾ ਅੱਜ ਆਪਣੇ ਹੌਸਲੇ ਬੁਲੰਦ ਕਰਕੇ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਵਚਨਬੰਧ ਹੋਏ ਔਰ ਕਿਵੇਂ ਕੈਂਸਸ ਵਿਖੇ ਅੱਜ ਜਿਹੜੇ ਸਾਡੇ ਪੰਜਾਬੀ ਨੇ, ਜਿਹੜਾ ਸਾਡਾ ਸਿੱਖ ਭਾਈਚਾਰਾ, ਉਹ ਅੱਜ ਇੱਕ ਹੀ ਨਿਸ਼ਾਨ ਸਾਹਿਬ ਦੇ ਥੱਲੇ ਖੜ੍ਹੇ ਹੋ ਕੇ ਔਰ ਖਾਲਸੇ ਦੇ ਇਸ ਸਿਰਜਣਾ ਦਿਵਸ ਨੂੰ ਔਰ 550ਵੇਂ ਪ੍ਰਕਾਸ਼ ਪੁਰਬ ਨੂੰ ਗੁਰੂ ਨਾਨਕ ਦੇਵ ਜੀ ਦੇ ਕਿਸ ਤਰੀਕੇ ਨਾਲ ਮਨਾਵੇਗਾ ਔਰ ਕੀ ਕੁਝ ਤਿਆਰੀਆਂ ਖਾਸ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਵਿਖੇ ਕੀਤੀਆਂ ਗਈਆਂ ਹਨ। ਗੁਰੂ ਨਾਨਕ ਦੇਵ ਜੀ ਦੇ ਉਹਨਾਂ ਸਾਰੇ ਫਲਸਫੇ ਨੂੰ, ਉਸ ਟੀਚਿੰਗਸ ਨੂੰ, ਉਸ ਪ੍ਰੀਚਿੰਗਸ ਨੂੰ ਅੱਜ ਕਿਵੇਂ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਲੋਕਾਂ ਦੇ ਵਿਚਕਾਰ ਲੈ ਕੇ ਜਾਵੇਗਾ। ਜ਼ਿਕਰਯੋਗ ਹੈ ਕਿ ਅਸੀਂ ਅੱਜ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ ਤਾਂ ਸਹੀ, ਲੇਕਿਨ ਅਸੀਂ ਦਿਖਾਵਾਂਗੇ ਕਿ ਔਰ ਉਹ ਦੱਸਾਂਗੇ ਕਿ ਜੋ ਕਿ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ, ਉਹਨਾਂ ਟੀਚਿੰਗਸ ਨੂੰ, ਪ੍ਰੀਚਿੰਗਸ ਨੂੰ, ਜੋ ਕਿ ਅੱਜ ਤੋਂ ਸਾਨੂੰ ਸਾਡੇ 500 ਸਾਲ ਪਹਿਲਾਂ ਉਹ ਦੱਸ ਗਏ ਸੀਗੇ। ਮੈਨੂੰ ਯਾਦ ਹੈ ਕਿ ਇੱਕ ਬਹੁਤ ਵੱਡੇ ਫਿਲੋਸਫਰ ਨੇ ਇੱਕ ਗੱਲ ਇੱਕ ਲੈਕਚਰ ਦੇ ਵਿੱਚ ਕਹੀ ਸੀਗੀ ਔਰ ਮੈਂ ਤੁਹਾਡੇ ਸਾਹਮਣੇ ਉਹ ਰੱਖਣਾ ਚਾਹੁੰਦਾ। ਉਹਨਾਂ ਨੇ ਕਿਹਾ ਸੀਗਾ ਕਿ ਅੱਜ ਅਸੀਂ ਸੱਤ ਸਮੁੰਦਰ ਪਾਰ ਆ ਕੇ ਅਮੈਰੀਕਾ ਦੀ ਇਸ ਧਰਤੀ ਦੇ ਉੱਤੇ ਵਸੇ ਹਾਂ, ਜੋ ਕੌਨਸਟੀਟਿਊਸ਼ਨ, ਜੋ ਲਾਅ ਇੱਥੇ ਅੱਜ ਕਿਤਾਬਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਭਾਵੇਂ ਉਹ ਵੱਡੇ ਅਟਰਨੀਜ਼, ਜਿੰਨੇ ਵੀ ਪੋਲੀਟੀਸ਼ੀਅਨ ਹਨ, ਉਹ ਸਾਨੂੰ ਦੱਸਦੇ ਹਨ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦਾ ਲਾਅ ਕੀ ਹੈ, ਇੱਥੇ ਕੀ ਕੁਝ ਸਾਨੂੰ ਇਜਾਜ਼ਤ ਮਿਲਦੀ ਹੈ। ਅਸੀਂ ਇਕੁਐਲਿਟੀ ਦੀ ਗੱਲ ਇਸ ਧਰਤੀ ਦੇ ਉੱਤੇ ਕਰਦੇ ਹਾਂ, ਅਸੀਂ ਵੂਮੈਨ ਇੰਪਾਵਰਮੈਂਟ ਦੀ ਗੱਲ ਇਸ ਧਰਤੀ ਦੇ ਉੱਤੇ ਕਰਦੇ ਹਾਂ, ਅਸੀਂ ਮਾਨਵ ਅਧਿਕਾਰਾਂ ਦੀ ਗੱਲ ਇਸ ਧਰਤੀ ਦੇ ਉੱਤੇ ਕਰਦੇ ਹਾਂ, ਲੇਕਿਨ ਉਸ ਪੈਗੰਬਰ ਨੇ, ਉਸ ਪੀਰ ਨੇ, ਉਸ ਗੁਰੂ ਨੇ ਇਹ ਸਾਰੀ ਗੱਲਾਂ ਸਾਨੂੰ ਸਾਡੇ 500 ਸਾਲ ਪਹਿਲਾਂ ਹੀ ਦੱਸਦੀਆਂ ਸੀਗੀਆਂ। ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਸਭ ਮਾਨਵਤਾ ਦਾ ਸੁਨੇਹਾ ਹੈ ਔਰ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋਧ ਦਾ ਜਿਹੜਾ ਸੁਨੇਹਾ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਕਾਇਮ ਕੀਤਾ। ਅੱਜ ਅਸੀਂ ਇਸ ਧਰਤੀ ਦੇ ਉੱਤੇ ਵੀ ਉਸ ਲਾਅ ਨੂੰ ਪੜ੍ਹਦੇ ਹਾਂ, ਭਾਵੇਂ ਅਸੀਂ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਈਏ, ਕਿਸੇ ਵੀ ਗ੍ਰੰਥ ਨੂੰ ਅਸੀਂ ਉਠਾ ਲਈਏ, ਲੇਕਿਨ ਸਾਰੇ ਗ੍ਰੰਥਾਂ ਦੇ ਵਿੱਚ ਉਸ ਪੀਰ ਦਾ, ਉਸ ਪੈਗੰਬਰ ਦਾ ਸੁਨੇਹਾ ਸਾਨੂੰ ਵੇਖਣ ਨੂੰ ਮਿਲਦਾ। ਮੈਂ ਸੱਦ ਕੇ ਜਾਵਾਂ ਉਸ ਮੁਰਸਦ 'ਤੇ ਜਿਨ੍ਹਾਂ ਨੀਚੀਆਂ ਨਾਲ ਨਿਭਾਈਆਂ, ਉਸ ਗੱਲ ਦਾ ਜਿਹੜਾ ਸਿਧਾਂਤ ਸੀਗਾ ਉਹ ਹਮੇਸ਼ਾ ਸਾਨੂੰ ਕਹਿ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਜਿਹੜਾ ਬੰਦਾ ਨੀਚੇ ਹੈਗਾ, ਜਿਹੜੀ ਜਾਤ ਸਭ ਤੋਂ ਥੱਲੇ ਹੈਗੀ ਹੈ, ਮੈਂ ਉਹਨੂੰ ਥੱਲੇ ਤੋਂ ਚੱਕ ਕੇ ਉੱਤੇ ਲਿਜਾਉਣ ਦੀ ਕੋਸ਼ਿਸ਼ ਕਰਾਂਗਾ ਔਰ ਵਚਨਬੰਧ ਹੋਵਾਂਗਾ। ਔਰ ਉਹਨਾਂ ਨੇ 4 ਉਦਾਸੀਆਂ ਦੌਰਾਨ ਕਰਕੇ ਵੀ ਵਿਖਾਇਆ। ਅੱਜ ਇਸੇ ਗੱਲ ਨੂੰ ਅਮਲੀ ਜਾਮਾ ਮਿਡਵੈਸਟ ਸਿੱਖ ਗੁਰਦੁਆਰਾ ਅਤੇ ਇੱਥੇ ਦੇ ਵਸਨੀਕ ਸਾਨੂੰ ਦੱਸਣਗੇ। ਮੇਰੇ ਨਾਲ ਰਾਬਤਾ ਕਾਇਮ ਕਰ ਰਹੇ ਨੇ, ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ, ਸਵਿੰਦਰ ਸਿੰਘ ਜੀ, ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਔਰ ਅਸੀਂ ਸਵਾਗਤ ਕਰਦੇ ਹਾਂ ਸੁਖਮੰਦਰ ਸਿੰਘ ਪੁਨੀਆ ਹੋਰਾਂ ਦਾ ਔਰ ਤਮਾਮ ਜਿਹੜੇ ਇੱਥੇ ਅੱਜ ਸੰਗਤ ਦੇ ਵਿੱਚ ਸਾਡੇ ਕੋਲ ਪਹੁੰਚੇ ਹਨ, ਇੱਥੇ ਦੇ ਵਸਨੀਕ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ। ਅਸੀਂ ਖਾਸ ਤੌਰ ਦੇ ਉੱਤੇ ਤੀਰਥ ਸਰਾਏ ਜੀ, ਜੋ ਕਿ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਤੋਂ ਸਾਡੇ ਵਿਚਕਾਰ ਪਹੁੰਚੇ ਨੇ, ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸਰਦਾਰ ਦਰਬਾਰਾ ਸਿੰਘ ਅਟਵਾਲ, ਗੈਸ ਸਟੇਸ਼ਨ ਐਂਡ ਕਨਵੀਨੀਅੰਸ ਸਟੋਰਸ ਉਹਨਾਂ ਦੇ ਇੱਥੇ ਨੇ। ਸਰਦਾਰ ਗੁਰਦੇਵ ਸਿੰਘ, ਸੇਵਾ ਕੁਜ਼ੀਨ ਆਫ ਇੰਡੀਆ, ਉਹਨਾਂ ਦਾ ਇੱਥੇ ਮੌਜੂਦ ਹੈਗਾ। ਬਸਰਾ ਬ੍ਰਦਰਸ, ਜਿਨ੍ਹਾਂ ਦੇ ਗੈਸ ਸਟੇਸ਼ਨ ਔਰ ਆਪਣੀ ਟਰੱਕਿੰਗ ਕੰਪਨੀ ਹੈਗੀ ਹੈ, ਸਵਰਨ ਬਸਰਾ ਅਤੇ ਦਿਲਬਾਗ ਬਸਰਾ। ਰਿਵਰ ਟਰਾਂਸਪੋਰਟ ਤੋਂ, 5 ਰਿਵਰ ਟਰਾਂਸਪੋਰਟ ਤੋਂ ਗਗਨ ਸਿੰਘ ਗਰੇਵਾਲ ਅਤੇ ਪਵਿੱਤਰ ਸਿੰਘ ਗਰੇਵਾਲ, ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ। ਯੂਨਾਈਟਿਡ ਟਰੱਕ ਰਿਪੇਅਰ ਤੋਂ ਪੱਡਾ ਬ੍ਰਦਰਸ ਅਤੇ ਇੰਡੀਅਨ ਰੈਸਟੋਰੈਂਟ ਤੋਂ ਸਰਦਾਰ ਬਲਜੀਤ ਸਿੰਘ, ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅਤੇ ਤਮਾਮ ਹੋਰ ਵੀ ਪ੍ਰਬੰਧਕ ਜਿਹੜੇ ਕਿ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਵਿਖੇ ਗੁਰੂ ਦੇ ਉਸ ਫਲਸਫੇ ਨੂੰ, ਉਸ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਲੰਬੇ ਸਮੇਂ ਤੋਂ ਕਰ ਰਹੇ ਨੇ, ਉਹਨਾਂ ਨੂੰ ਵੀ ਅਸੀਂ ਜ਼ਰੂਰ ਰਿਕੋਗਨਾਈਜ਼ ਕਰਾਂਗੇ। ਸਾਡੇ ਨਾਲ ਭੈਣ ਜੀ ਬਖਸ਼ੀਸ਼ ਕੌਰ ਨੇ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਅੱਜ ਉਹ ਫਲਸਫਾ ਵੀ ਅਸੀਂ ਇਸ ਮੰਚ ਦੇ ਉੱਤੇ ਰੱਖਾਂਗੇ। ਰੰਜਨ ਪ੍ਰੀਤ ਜੀ ਸਾਡੇ ਵਿਚਕਾਰ ਨੇ, ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ। ਸਾਡੇ ਨਾਲ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ ਜੀ ਵੀ ਮੌਜੂਦ ਨੇ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅਤੇ ਗ੍ਰੰਥੀ ਜਸਬੀਰ ਸਿੰਘ ਜੀ ਵੀ ਮੌਜੂਦ ਨੇ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ।
मुख्तियार सिंह हुंडल जी जो कि लंगर की सेवा इतने संभालते हैं उन्हों का भी असं निघा स्वागत करते हैं इस मंच के उत्ते। साढ़े नाल हरभजन सिंह हुंडल जी ने जिन्होंने नींव पत्थर इस गुरुद्वारा साहिब का रखिया सीगा। मैं सब तो पहला सांझ पाना चाहवागा और सब तो पहला फतेह की सांझ करके असं इस प्रोग्राम की शुरुआत करांगे। वाहेगुरु जी का खालसा वाहेगुरु जी की फतेह। शुरुआत मैं सुविंदर सिंह जी होरां तों करना चाहवागा और की कुछ प्रोजेक्ट आने वाले समय के कैंसस विखे मिडवेस्ट सिख गुरुद्वारा साहिब वचनबंद होगा और किवें गुरु नानक देव जी के 550वें प्रकाश पुरब न समर्पित यह गुरुद्वारा साहिब अगे की कुछ सानू फ्यूचर के वेखन में मिलेगा और असं चाणा पा लें। सुविंदर सिंह जी सब तो पहला तो स्वागत करदा की कुछ तुसी ओपन साढ़े रिएक्शन जिहड़े ने फस्ट कमेंट ने वो देना चाहोगे साढ़े दर्शकों को। सब तो पहलों तो जस पंजाबी वेख रहे सारे ही दर्शक जिहड़े आ उन्हां नूं वाहेगुरू जी का खालसा वाहेगुरू जी की फतेह। मैं समुची जस पंजाबी टीम का सब तो पहला बहुत धन्यवाद करदा जिहड़ा उचेचे तौर पर साढ़े कोल साढ़े विहड़े दे विच पहुंचे अज्ज और साडियां संगतां दे नाल सांझ पा रहे आ सारे। और ये जो पंजाबी चैनल है जस पंजाबी सब तो पहला पंजाबी चैनल है जिहड़ा हक ते सच की आवाज़ ते खड़ा होया है और इन्होंने सिर्फ मुद्दे साडे सामने लियांदे ही नहीं उन्हां मुद्दे नूं हल करन दा हल भी सानूं दस्सिया क्योंकि असी हमेशा मुद्दा देखदे हां और उस मुद्दे दे विच इह उस शख्सियत नूं भी अग्गे लैके आउंदे आ कि जिहड़ी शख्सियत उहदे च इनवॉल्व आ और सानूं उह क्वेश्चन असीं उहनां नूं कर सकदे हां भी की इहदा हल आ। सो असीं समुची कैंसर सिटी दी संगत उहनां नूं जी आया कहिंदे आ और उहनां दा खिड़े मत्थे उन्हों का धनवाद करते हैं जिन्होंने ये गुरु साहब दी सिख्यावां जिस तरह गुरु नानक साहब ने अपना पैरवा चलाया सीगा इस ही तरह ये जस पंजाबी जिहड़ा अपना एक काम कर रहा और साडी शुभ इशा इस पंजाबी चैनल नूं कि होर भी दुगनी रात चौगनी तरक्की करे। और मैं बेनती करांगा समूह संगतां नूं दुनिया दे विच वसदियां नूं कि जिन्होंने जस पंजाबी सबसक्राइब नहीं किया जरूर कर। और हुण आपां गल करिए गुरु नानक साहब की। गुरु नानक साहिब एक वो शख्सियत जदों इस दुनिया दे विच पहुंचे उस टाइम चार चारों तरफ बोलबाला सीगा जुलम दा कोई लड़ रहा सी धर्म दे नाँ ते कोई किसी दे नाँ ते लड़ रहा सी कोई ऊंच नीच जात पात दे नाँ ते लड़ाई हो रही सी। मेरे गुरु ने आउंदिया ही सब तो पहला ये फलसफा दुनिया नूं दिता कि भई असीं सारे इक्को हाँ एक ही प्यो दे पुत्र हाँ एक परमात्मा ने सानूं इक्को जिही बनाया है। सो साडे विच कोई भेदभाव है ही नहीं। और दूसरा लड़ रहे सीगे कि नावां दे उपर कि मेरा परमात्मा चंगा मेरा गॉड चंगा दूसरा कह रहे सी मेरा चंगा। गुरु साहब ने कहता कि सारे ही गुरु चंगे आ आपां एक पिता नूं आपां भावें डैडी कह लिए भावें उहनूं फादर कहीए भावें पापा कहीए इट्स ऑल द सेम। सो गुरु साहब ने सानूं एक बड़ा ही चंगा फलसफा दिता और नाल दे नाल उस टाइम यह सीगा कि जिहड़े जिहड़ी परमात्मा की जिहड़ी बाणी सीगी उन्हूं जो कुछ ही लोग धर्म के जिहड़े चाहुंदे सीगे कि असीं ठेकेदार हां इस धर्म के सानूं ही पता कि धर्म की आ और वो जिहड़े उन्हूं इंटरप्रेट करते सीगे वो इस लैंग्वेज विच करते सी जिहड़ी नॉर्मल बंदे नूं समझ नहीं सी आउंदी। सो गुरु साहब ने एक सानूं एक आम इंसान की जिहड़ी लैंग्वेज आ उहदे विच गुरबाणी नूं ट्रांसलेट करके सानूं दस्सिया कि इस बाणी दे विच और उहो ही गुरबाणी जिहड़ी गुरु ग्रंथ साहिब दे विच असीं अज्ज रोज़ पढ़दे हां। और गुरु नानक साहब ने जो सानू सिद्धांत दिते कि तुसीं अपना रोज़ दा रोज़मर्रा दा जीवन भी अपना चलाओ तुहानू किते जाण दी लोड़ नहीं अपना जीवन भी चलाओ सवेरे उठो सवेरे परमात्मा दा नाम जपो और सारा दिन किरत करो ऑनैसटली और फिर जो किरत दे विच्चों निकलदा आ उहदे नाल वंड छको। और ये बहुत ही सोहना फलसफा सीगा कि जे तुसीं परमात्मा नूं देखणा आ किथे देखोगे सारयां दे हिरदे दे विच देखोगे। सो अज मैं कहांगा कि अज जरूरत आ उस फलसफे नूं सानू अपनी जिंदगी दे विच लियाउण दी। मैनूं याद आ रहा आ कि साडे ओह नोटिस बोर्ड दे उपर सब तो पहला जिहड़ा फ्लायर लगा आ उहदे बारे मैं जरूर गल करना चाहांगा कि एक स्कॉलर होए अमेरिका दे बहुत ही वड्डे स्कॉलर जिहड़े रसल जिन्हां नूं कहा जांदा आ उहनां दा जो उहनां ने काफ़ी रिसर्च कीती सारे धर्मां दे उपर और वह आ के सिख धर्म दे उपर रुक गए और उन्होंने कहा कि अगर तीसरी वड्डी जंग होंदी आ सो वह बहुत ही भयानक होएगी इन्नी भयानक होएगी कि चौथी वड्डी जंग होएगी नहीं। सो उस उपर उन्होंने कहा कि अगर इस तीसरी जंग नूं कोई रोक सकता है और वह कौन रोक सकता है वह केवल तो केवल गुरु ग्रंथ साहब की जिहड़ी टीचिंग है वो ही रोक सकती है।
और फिर उन्होंने यह भी क्वेश्चन किया गया सैकंड क्वेश्चन कि ऐसा नहीं हो सकता कि यहोजी सिचुएशन आवे ही ना कि आप इस जंग तक पहुँचे ही ना, उहदा कोई हल? उन्होंने कहा उहदा भी हल गुरु ग्रंथ साहब ही है, पर उहदे नाल दे नाल उन्होंने एक सानू बड़ी साडे वास्ते माण वाली गल भी आ, साडे वास्ते शर्म वाली गल भी आओ, उन्होंने कह दिता उत्थे कि जिहड़े सो कॉल्ड कस्टोडियन, ये वर्ड उन्होंने यूज़ किया, सो कॉल्ड कस्टोडियंस ऑफ गुरु ग्रंथ साहिब जिन्हों आप सिख कहने, उन्होंने गुरु ग्रंथ साहब का जो फलसफा आ, टीचिंग आ, अपने विच ही छुपा के रखी हुई है, उन्होंने एक बैरीयर लगा के रखा हुआ, उन्हें दुनिया के पहुँचने ही नहीं दे रहे उन्होंने, और इस चीज़ का उन्होंने संताप भोगना पवेगा। और यही चीज़ है, इस चीज़ की जरूरत आ कि असी अज गुरु साहब दी सिक्ख्यावां नूं घर घर पहुँचाइए और पता लगे जिथे भी गुरु साहब गए आ उन्होंने ऑलरेडी उत्थे पहुँचाइया, होर भी आप हर एक कोशिश करिए कि आप गुरु ग्रंथ साहब जी टीचिंग आ हर घर के घर पहुँचाइए। सुखमिंदर सिंह पुनिया जी, तुसीं सहमति रखते हो सविंदर सिंह जी दे नाल? हाँ जी, बहुत ही वधिया जो विचार भाई सुखविंदर सिंह ने दिते है, जो सिक्ख्या मुढ़ने सिक्ख्यावां गुरु नानक देव जी ने 550 साल पहला दसियां सी, वो सैंस जिहड़ी अज सिद्ध कर रही है, जो 550 साल पहला लिख चुके हैं गुरु नानक देव जी ने, जो हथीं किरत की आप करके दिखाया, नाम जपना वो जप के दिखाया, सब कुछ जो दसिया, बहुत ही मैं ये गल्लां नाल सहमत हाँ, बहुत सुनिया गल्लां सुखविंदर सिंह ने रखियां। बिल्कुल, सो जिस तरीके का व्यापार जद गुरु साहब नूं कहा गया सीगा तां कई सारे फलसफे जिवें सानूं इत्थे सविंदर सिंह जी होरां ने दसे, उन्होंने गल बड़ी जिक्र योग है, जद अज उस गल नूं असीं ध्यान रखिए, उन्होंने कहा सीगा कि मैं नीवा मेरा मुरसद ऊंचा ते असीं उन्हां ऊंचियां नाल निभाईआं, मैं सद के जावां उन्हां ऊंचियां ते जिन्हां ने नीवियां नाल निभाईआं, ते अज जेकर असीं उन्हां नीवियां नाल निभाउंदे आ और उस गल नूं असीं अपने दिल दे विच रख के अपने ज़हन दे विच रख के अगे वधदे आ तां किथे ना किथे इस साढ़े 500 साला प्रकाश पुरब दे मौके असीं गुरु नानक देव जी दे उन्हां सारे सिद्धांतां नूं ग्राउंड लैवल दे उत्ते भी लैके जावांगे। मिड वेस्ट सिख गुरद्वारा साहिब कैंसस सिटी विखे किवें इन्हां सारी गल्लां दा ध्यान रख रहा है, काबिल गौर है कि असीं इन्हां सारी गल्लां दे उत्ते असीं नज़र पाई सीगी, लेकिन असीं ब्रेक दे उत्ते फिलहाल जा रहे हैं और जब ब्रेक तो बाद असीं वापस आवांगे। साढ़े नाल कई सारे इत्थे इंटलैक्चुअल वर्ग मौजूद हैगा जिन्हां दे विच कई डॉक्टर्स ने, कई इंजीनियर्स ने, किवें कैंसर सिटी आके साढ़े पंजाबी इत्थे प्रोग्रेसिव होए, किवें उन्होंने अपने व्यापार नूं अगे वधाया और किवें ओह यूनाइटेड स्टेट्स ऑफ अमेरिका की इस धरती दे विच रह के मेन स्ट्रीम पॉलिटिक्स दे विच भी जा रहे हैं और की कुछ फ्यूचर प्रोजेक्ट्स हैं मिड वेस्ट सिख गुरद्वारा साहिब दे, करांगे इस दे उत्ते विचार इस जस क्रॉस कंट्री रोड ट्रिप पावर्ड बाय सिलेंग दे प्रोग्राम दौरान इस ब्रेक तो उस पार। ब्रेक के बाद थोड़ा स्वागत है जस क्रॉस कंट्री रोड ट्रिप 2019 पावर्ड बाय सिलेंग। टीम पहुंची है जी कैंसस सिटी जिथे असी थोड़ा राबता कायम करवा रहे हैं मिड वेस्ट सिख गुरुद्वारा साहिब दे प्रबंधकों के नाल और इतने पहुंची हुई संगत के नाल ते तमाम उन्होंने वसनीकों के नाल जो कि कैंसस सिटी विखे आके कई साल पहला वचनबद्ध होए और किवें उन्होंने अपने व्यापार नूं भी अगे लैके गए, ते नाल ही असीं तुहानूं दसना चाहुंदे हां कि मिड वेस्ट सिख गुरद्वारा साहिब विखे उन्होंने सारी गल्लां दा ध्यान रख्या जांदा जिथे पंजाबी मां बोली नूं और गुरु साहिब दे उस फलसफे नूं उस टीचिंग्स नूं प्रीचिंग्स नूं हमेशा इत्थे अगे लिजाउण दी कवायद जिहड़ी है उह प्रबंधकां वल्लों रखी जांदी है। पंजाबी मां बोली नूं जिंदा रखण दे लई किवें वचनबद्ध हो रही है, काफ़ी सारी टीचर्स इत्थे पहुंचियां हन साडे नाल जो कि गुरु घर दे विच आ के बच्चियां नूं पंजाबी सिखाउंदे भी हन, दसदे भी हन कि पंजाबी बोलनी ते पंजाबी लिखनी साडे लई क्यों जरूरी है, वह भी तमाम इत्थे टीचर्स पहुंची हुई हैं, उन्हां दा भी असीं निघा स्वागत करते हैं कि तुसीं मां बोली नूं जिंदा रखण दे लई वचनबद्ध हो रहे हो। तो जिवें असीं गुरु नानक देव जी दे 550वें प्रकाश पुरब की गल कर रहे सीगे, निरभउ निरवैर देंदा दे लैंदे थक पाए जुगा जुगंदर खाई गए, कई सारी गल्लां अगर असीं गुरु साहब दी याद करिए ते की असीं उन्हां गल्लां दा ध्यान रखे उस फलसफे नूं अगे लैके जा रहे हैं, इस दे उत्ते चरणा पाण दी कोशिश करांगे। सो सुविंदर सिंह जी तुसीं सानूं दसो असीं किस तरीके नाल बनाईए इस 550th बर्थ एनीवर्सरी नूं। हाँ जी, गुरु नानक साहब दा जो जन्म आपां प्रकाश उत्सव मना रहे हैं, ये समूह संगत आपां कोशिश सारे करदे हैं कि आपां मना रहे हैं, पर उस नूं किस तरह मनाया जाए वो असी को समूह संगत की कैंसर सिटी की संगत के नाल आपां एक कोशिश साडी जारी आ। सब तो साडी कोशिश साडे बच्चों के उपर आ कि बच्चों सिखी दे नाल किस तरह जोड़े जाए और उस दे वास्ते आपां साडा पंजाबी स्कूल जिहड़ा चल रहा है बच्चों पंजाबी सिखाई जा रही है
और इस साल के शुरू तो ही आप बच्चों मतलब सिखी के नाल जोड़ रहे हैं और कुछ हफ्त्या तो मतलब कुछ महीनों तो इनफैक्ट आई विल से कुछ महीनों तो आप उस पंजाबी स्कूल के बच्चों हर हफ्ते दे विच जो साडे संडे का दीवान हुंदा है एतवार का दीवान उस दिन एक बच्चा आके गुरु साहब की एक टीचिंग दे नाल समूह संगत नाल सांझी करता है कि गुरु साहब की असली जिस तरह सेवा की गल करते हैं ज आप किरत करन की गल करने गुरु साहब कि किरत न असली किरत कहिंदे आ सो उस टीचिंग दे नाल हर हफ्ते एक बच्चा सानू आके समूह संगत दे नाल सांझ पाउंदा आ उस दे नाल दे नाल आपां एक हफ्ता पूरा वीकेंड सी जिहड़ा जिस दा दीवान सीगा पूरा साडे बच्चियां ने उह पूरा दीवान कीता सारे जिहड़े जिन्ने भी प्रोग्राम उहदे विच कीर्तन करना हुक्मनामा लैणा अरदास करनी सारा ही उहनां दा सीगा और मैं सब तों जरूरी कहांगा कि साडे कोल बड़े ही सुचज्जे जो साडे हैड ग्रंथी हन ग्रंथी साहिबान दोनों ही भाई कुलवंत सिंह जी जो कि जिन्हां ने गुरमत संगीत दे विच मास्टर्स हन मैं दसना चाहवागा कि हर इंसान की जिहड़ी म्यूजिक आ जिहड़ा वह हर बंदे की खुराक आ पर जदों वह एक गुरमत बन जाती है तो अंदर दियाँ जिहड़ियाँ उन्हां दे विच ये पहुँचती आ कई साढ़े जिहड़े अंदर का जिहड़ा उन्हूं उत्थे साडी खुराक पहुँच के सानू ये लाभ पहुँचाउंदी आ सो साडे कोल असीं बड़े ही धन्नवादी हाँ भाई साहब कोल हर रोज़ बच्चे आउंदे आ गुरमत सिखण वास्ते भाई साहब ने काफ़ी बुक्स भी लिखिया इहदे उत्ते 31 रागां दे उपर भी और गुरमत संगीत के उपर भी काफ़ी 7 बुकां लिखिया उन्होंने सो ये एक साडा ये भी तरीका आ कि बच्चों इंडिपेंडेंटली छड्ड दिता जाए कि पूरा दीवान उहो ही कर हुण साडे कोल इस वीकेंड के उपर करीब करीब 100 बच्चे जिहड़े आ अमेरिकन बच्चे आ वह मिडल स्कूल नाल संबंध आ हाई स्कूल नाल संबंध आ वह साडे कोल इत्थे पहुँच रहे आ इस वीकेंड के उपर और वह सारे ही बच्चे जानना चाहते हैं गुरु ग्रंथ साहब की टीचिंग नूं की सिद्धांत आ गुरु ग्रंथ साहब के और उन्होंने आप सांझ पावांगे उन्होंने आप दसण की कोशिश करांगे कि जो गल अज अमेरिका दे विच हो रही है जां होर दूसरी कंट्री दे विच हो रही है जो कंस्टीट्यूशन दे विच लिखा जा रहा है फ्रीडम ऑफ स्पीच एम्पावरमेंट टू द वूमेन वो गुरु नानक साहब ने 550 साल पहला सानू पहला ही दस दिता सीगा सो इन सारिया ही टीचिंग दे नाल जिहड़ियां असीं कर रहे हैं और इहदे नाल इस जदों 550 साडा असीं मना रहे हैं उस टाइम साढ़े कोल सिटी दे जिहड़े ऑफिशियल्स है वह भी आ रहे हैं और एक सब तो ज़्यादा जिहड़ी आपां कोशिश कर रहे हैं कि आपां एक बिजनेस कार्ड दे उपर गुरु साहब दी एक जिहड़ी टीचिंग आ द वन लॉर्ड हू हैज़ हिमसैल्फ मेड द वर्ड इज कंटेन्ड अमंगस्ट ऑल सो इस लाइन दे नाल गुरु नानक साहब दी इस टीचिंग दे नाल आपां सिक्स इनफॉर्मेशन दे के सारे सारे जिहड़े भी गैस स्टेशन आ हॉस्पिटल्स या स्कूल्स या अपने सारे उन्होंने डिस्ट्रीब्यूट करांगे ये एक साडा तरीका होगा कि गुरु साहब की जिहड़ी टीचिंग है उन्होंने घर घर पहुँचाउण दा बिल्कुल सो जो सिद्धांत और जो बेसिक प्रिंसीपल सीगे गुरु साहब नूं ओह लिजाउण दी जिहड़ी कवायद है वह रखी गई है तो जिवें उन्होंने हमेशा जमीन दे नाल जुड़ना सानू सिखाया और यही कहा कि एक गल मैनूं याद आती है सविंदर सिंह जी गुरु साहब नूं पुछिया भाई मरदाना ने कि तुसीं हमेशा थले क्यों बैठते हो तो वह कहिंदे जद जिहड़ा थले बैठदा कदी डिगदा नहीं राइट ते अज उस बेसिक प्रिंसीपल नूं असीं किवें संगत दे विच लैके जावांगे और किवें उस गल नूं असीं अग्गे रखांगे ते सुखमिंदर सिंह पुनिया जी तुसीं तुहानूं की लगदा सहमति रखदे हो इन्हां गल्लां दे नाल जो कि सविंदर सिंह जी होरां ने कही जरूर जो जो गल्लां कहीआं सुखमिंदर सिंह ने बहुत ही सोहणीआं वधीआ तो एक मैनूं लगदा कि सब तों वड्डी प्राप्ति सीगी कि उन्हां ने किन्ने साल भाई मरदाना नूं अपने नाल रखिया जो कि दूजे भाईचारे दे नाल राबता रखते सीगे ते अज लगदा कि सत समुंदर पार भी तमाम जिहड़े गुरद्वारा साहिबान हन ओह इस गल्लां दा ध्यान रख रहे हन कि जिवें मिडवेस्ट सिख गुरद्वारा साहिब दे जिहड़े प्रबंधक हन ओह भी इस गल दा ध्यान रख रहे हन मैं इत्थे जिक्र जरूर करना चाहवांगा डॉक्टर हरबंस सिंह सराह होरां दा जो कि हुण सैक्रामेंटो कैलिफोर्निया विखे तशरीफ समान ने लेकिन उत्थे अज जिथे ओह अपनी गल्लां नूं सैक्रामेंटो विखे भी रख रहे हैं ते अज तों कई साल पहलां उन्हों का भी अहम योगदान रहा मिडवेस्ट सिख गुरद्वारा साहिब न अगे लिजाण के लिए और नींव पत्र रखने के लिए उन्हों का भी असी धन्यवाद करते हैं जेकर वो सानू वॉच कर रहे हैं तो सविंदर सिंह जी मैं हूँ तमाम उन्होंने सारे जिहड़े तुहाडे नाल अज पहुँचे हैं उन्होंने जरूर भी तारूफ करावांगा तुसीं मैनूं तारूफ कराओ कि कौन कौन तुहाडे नाल पहुँचे तो नाल जिहड़े स्पोंसर्स अज इस प्रोग्राम दे विच वचनबंद होए हैं उन्होंने नाल भी असी गलबात करांगे जरूर उन्होंने नाल भी असी चानना पावांगे तमाम उन्होंने सारे सवालों का भी जवाब असी लवांगे
गुरु नानक देव जी के फलसफे जिमें असी इस धरती के उत्ते अज रखा और किमें असी उन्होंने अगे लैके जावे उस उत्ते असी गल कर रहे हैं। लेकिन कैंसर सिटी किमें वचनबंद हुई, किमें इतने व्यापार साढ़े पंजाबियों ने आके अपने बनाए और किहड़े किहड़े व्यापार इतने अज होंद दे विच हन और किमें उन्होंने इन्ह सारे व्यापार के उत्ते अपनी किरत कमाई के नाल अज वो एक वड्डा व्यापार बनाया। शुरुआत हमेशा एक छोटे व्यापार तो होंदी है लेकिन अज वो सारे व्यापार वड्डे होए और जिवें कि प्रोजेक्ट की गल तुसी कर रहे हो उस दे उत्ते भी असीं चानना पावांगे कि इस प्रोजेक्ट की लोड़ हुण गुरुद्वारा साहिब नूं क्यों पई है। मैं चाहवांगा कि टीवी स्क्रीन के उत्ते असीं उस प्रोजेक्ट नूं दिखाईए, उस मॉडल नूं जो कि आने वाले समय के अगले एक साल के और विद इन 9 months यू कैन सी दिस गुरुद्वारा साहिब। इतों की 15 मिनट की ड्राइव है जिथे असी शौनी के हाल फिलहाल मौजूद है विनैक्सा के बनेगा जिथे इतों की 15 मिनट की ड्राइव और खासियत इस गुरुद्वारा साहिब की यह होगी कि यह बिल्कुल सेंटर के हैगा कैंसर के और आले दुआले जेकर ड्राइव करके आओगे तो तुहानू लगभग किसी नू 20 मिनट किसी नू 25 मिनट सो इट इज़ इन सेंटर यू कैन कम हेयर एंड यू कैन ऑलसो लर्न वर्शिप एंड गैट समथिंग फॉर योर किड्स जो कि हुण आने वाले समय के फ्यूचर प्रोजेक्ट हैगा मिडवेस्ट सिख गुरुद्वारा साहिब का। फिलहाल इतने एक निके जे वक्फे रुक रहे हैं और इस मुद्दे नूं इसी तरीके नाल रखांगे जारी। मिलदे हां ब्रेक तो बाद तुहाडा स्वागत है जस्ट क्रॉस कंट्री रोड ट्रिप 2019 पावर्ड बाय स्लिंग ते टीम पहुंची जी कैंसर्स ते गलबात कर रहे हैं असी मिडवेस्ट सिख गुरुद्वारा साहिब के तमाम प्रबंधकों के नाल। भुपिंदर सिंह जी वोरा साडे नाल तशरीफ फरमान ने, उन्हां दा वी असी स्वागत करते हैं इस मंच के उत्ते ते नाल ही जिहड़ा गुरु घर हुण लीनक्स विखे शिफ्ट हो रहा है इस गुरु घर की लोड़ क्यों पई और किवें इह गुरुद्वारा साहिब भी अगे आने वाले समय के तमाम उन्हां सेवावां का ध्यान रखेगा ते मैं जरूर इस दे उत्ते भी चानना पाना चाहना सुविंदर सिंह जी होरां तों। हाँ जी, मैं जरूर दसना चाहवांगा कि जिहड़े प्रेजेंट साडे कोल गुरु घर साहिब आ गुरुद्वारा साहब 1987 1987 के करीब आप शुरू किया और वेरी लिमिटेड फैमिलीज 10 to 12 फैमिलीज टोटल सी जो शुरू होया और स्लोली स्लोली जिस तरह परिवार वधदे गए फैमिलीज वधदी गई जिहड़े अपने फैमिलीज दूसरी जगह तो इत्थे मूव होकर आई हैं और हुण साडे कोल करीब 200 to 250 फैमिलीज इत्थे हैगियां और आपां देखदे हैं जदों कि जदों स्पैशली आनंद कार्ज वगैरह किया जाता है उस टाइम सानू जरूरत महसूस होंदी है जां आपां विसाखी दा जदों प्रोग्राम करदे हां सानू महसूस होंदा है कि जगह घट आ और नाल दे नाल आपां इह वी सोचदे हां कि जिहड़ा साडा नवां गुरु घर बणूगा एक सेंटर पॉइंट होगा और आपां इस सुंदी कम्यूनिटी नूं वी आपां एक फोकस करना चाहुंदे हां कि उहनां नूं पता लगे कि इत्थे कोई कम्यूनिटी रह रही है और जदों इह नवां गुरु घर बणूगा एक फोकस पॉइंट होगा फिर सानू दसना नहीं पऊगा कि आपां सिख आ वो अपने आप ही साड़ी पहचान लभण की कोशिश करनगे। सो ये भी एक जरूरी गल आ और नाल दे नाल आपां पहला भी बेनती करदे आउंदे आ कि आपां चाहुंदे आ कि साडे बच्चे जिहड़े आ वो इत्थों दी जिहड़ी पॉलिटिक्स आ उहनूं भी जॉइन करन और कांग्रेसमैन मेयर कौंसलर मैन उहनां दे विच भी अपनी भागीदारी करन और ये जिहड़ी महसूस हो रही है सानूं नवें गुरु घर की जिस तरह आपां नॉर्मल घरां दे विच भी देखदे आ कि जदों ਸਾਡੇ ਕੋਲ ਇੱਕ ਬੈੱਡਰੂਮ ਹੁੰਦਾ ਆ ਸਾਡੇ ਪਰਿਵਾਰ ਛੋਟਾ ਹੁੰਦਾ ਹੌਲੀ ਹੌਲੀ ਪਰਿਵਾਰ ਵੱਧਦਾ ਆ ਸੋ ਅੱਜ ਮੈਂ ਬੇਨਤੀ ਕਰਾਂਗਾ ਕਿ ਜਦੋਂ ਕਲਗੀ ਵਾਲੇ ਦਾ ਪਰਿਵਾਰ ਵਧਿਆ ਇਸ ਜਗ੍ਹਾ ਦੇ ਉੱਤੇ ਕੈਂਸਰ ਸਿਟੀ ਦੇ ਉੱਪਰ ਸੋ ਸਾਨੂੰ ਮਹਿਸੂਸ ਹੋਈ ਕਿ ਨਵਾਂ ਗੁਰੂ ਘਰ ਇੱਥੇ ਬਣਾਇਆ ਜਾਵੇ ਔਰ ਉਹ ਜੋ ਗੁਰੂ ਘਰ ਆ ਕਰੀਬ ਕਰੀਬ $6 million ਦੇ ਕਰੀਬ ਦਾ ਉਹਦਾ ਖਰਚਾ ਆ ਰਿਹਾ ਆ ਔਰ 26,000 ਸਕੇਅਰ ਫੀਟ ਦੇ ਵਿੱਚ ਉਹ ਗੁਰੂ ਘਰ ਜਿਹੜਾ ਮਾਡਰਨ ਇਨਫਰਾਸਟਰਕਚਰ ਦੇ ਨਾਲ ਉੱਥੇ ਲਿਫਟ ਵਗੈਰਾ ਵੀ ਹੋਰ ਵੀ ਸਾਰੇ ਮਾਡਰਨ ਇਨਫਰਾਸਟਰਕਚਰ ਹੋਊਗਾ ਔਰ ਉਸਦੇ ਨਾਲ ਦੇ ਨਾਲ ਉਸ ਗੁਰੂ ਘਰ ਦੇ ਵਿੱਚ ਆਪਾਂ ਕਲਾਸਰੂਮਸ ਵੀ ਕਾਫੀ ਰੱਖਾਂਗੇ ਜਿਹਦੇ ਵਿੱਚ ਨੋਟ ਓਨਲੀ ਸਾਡੇ ਬੱਚੇ ਅਮੈਰੀਕਨ ਬੱਚੇ ਉੱਥੇ ਉਹ ਵੀ ਆ ਕੇ ਇੰਟਰਫੇਥ ਕਰਨਗੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਇਸ ਗੁਰੂ ਗ੍ਰੰਥ ਸਾਹਿਬ ਦਾ ਕੀ ਸਿਧਾਂਤ ਕੀ ਆ ਸੋ ਇਹ ਸੀ ਸਾਡੀ ਜ਼ਰੂਰਤ ਸੀਗੀ ਤਾਂ ਹੀ ਸਾਨੂੰ ਇਹ ਗੁਰੂ ਘਰ ਨਵਾਂ ਬਣਾਉਣ ਦੀ ਜ਼ਰੂਰਤ ਪਈ। ਆਈ ਥਿੰਕ ਦਾ ਬੈਸਟ ਪੁਆਇੰਟ ਜਿਹੜੀ ਤੁਸੀਂ ਗੱਲ ਕੀਤੀ ਇੰਟਰਫੇਥ ਪ੍ਰੋਗਰਾਮਸ ਦੀ ਉਹਦੀ ਕਿੰਨੀ ਕੁ ਲੋੜ ਹੈਗੀ ਆ ਸਾਨੂੰ ਇਸ 550 ਪ੍ਰਕਾਸ਼ ਪੁਰਬ ਦੇ ਮੌਕੇ? ਸਾਨੂੰ ਬਹੁਤ ਜ਼ਰੂਰਤ ਹੈ। ਆਪਾਂ ਦੇਖਿਆ ਕਿ 9/11 ਤੋਂ ਬਾਅਦ ਕਿਸ ਤਰ੍ਹਾਂ ਸਾਨੂੰ ਟਾਰਗੇਟ ਕੀਤਾ ਜਾਂਦਾ ਆ ਔਰ ਸਾਡਾ ਉਹੋ ਹੀ ਆ ਕਿ ਦੇਖੀ ਜਾਵੇ ਕਿ ਜੇ ਆਪਾਂ ਗੁਰੂ ਸਾਹਿਬ ਦੀ ਜਿਹੜੀ ਸਿੱਖੀ ਆ ਜਿਹੜੀ ਉਹਨਾਂ ਦੀ ਟੀਚਿੰਗ ਆ ਉਹ ਤਾਂ ਹੀ ਅਸੀਂ ਸਹੀ ਰੂਪ ਦੇ ਵਿੱਚ ਆਪਾਂ ਕਰ ਸਕਦੇ ਹਾਂ ਜੇ ਆਪਾਂ ਇਸ ਟੀਚਿੰਗ ਨੂੰ ਅਮੈਰੀਕਨ ਤੱਕ ਪਹੁੰਚਾਈਏ। ਬਿਲਕੁਲ, ਤੁਸੀਂ ਸਹਿਮਤੀ ਰੱਖਦੇ ਹੋ ਸੁਖਮਿੰਦਰ ਸਿੰਘ ਜੀ ਇਸ ਗੱਲ ਨਾਲ? ਹਾਂਜੀ, ਬਹੁਤ ਜ਼ਰੂਰਤ ਜੋ ਸੀਗੀ ਗੁਰੂ ਘਰ ਦੀ ਜਦੋਂ ਵੀ ਪਰਿਵਾਰ 'ਚ ਇਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੀ ਆ ਵੀ ਜਦੋਂ ਵੀ ਪਰਿਵਾਰ ਵੱਡਾ ਹੁੰਦਾ ਹੈ
ਤੇ ਉਸ ਤੋਂ ਆਪਾਂ ਨੂੰ ਵੱਡੇ ਘਰ ਦੀ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਦਾ ਘਰ ਆ, ਇਹ ਵੀ ਬਹੁਤ ਆਪਾਂ ਨੂੰ ਸੋਹਣਾ ਜੋ ਵੱਡਾ ਘਰ ਆਪਾਂ ਨੂੰ ਬਣਾਉਣਾ ਚਾਹੀਦਾ। ਸੰਗਤਾਂ ਨੂੰ ਉਹ ਬਣਾ ਰਹੇ ਹਾਂ, ਬਹੁਤ ਸੰਗਤਾਂ ਦੇ ਸਹਿਯੋਗ ਨਾਲ, ਬਹੁਤ ਹੀ ਸੰਗਤਾਂ ਕੈਂਸਰ ਸਿਟੀ ਦੀਆਂ ਸਹਿਯੋਗ ਦੇ ਰਹੀਆਂ ਅਤੇ ਬਹੁਤ ਹੀ ਮਾਇਆ ਨਹੀਂ ਉਹ ਵੀ ਅਸੀਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਬੈਠੇ ਆ, ਨਾਨਕ ਲੇਵਾ ਸੰਗਤ ਬੈਠੀ ਆ, ਜੋ ਵੀ ਆਪਣਾ ਦਸਵੰਧ ਆ ਉਹ ਕੱਢ ਸਕਦੇ ਆ ਸਾਡੀ ਵੈਬਸਾਈਟ 'ਤੇ ਗੁਰੂ ਘਰ ਲਈ ਸਾਨੂੰ ਭੇਜ ਸਕਦੇ ਆ, ਸਾਡੀ ਸਹਾਇਤਾ ਵੀ ਕਰ ਸਕਦੇ ਆ। ਕਿਉਂਕਿ ਮਿਡਵੈਸਟ ਦਾ ਸਭ ਤੋਂ ਵੱਡਾ ਗੁਰੂ ਘਰ ਆ ਇਹ, ਜਿਹੜਾ ਬਹੁਤ ਹੀ ਸ਼ਾਨਦਾਰ ਗੁਰੂ ਘਰ ਬਣ ਰਿਹਾ, ਅਤੇ ਇਸ ਲਈ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਮਾਇਆ ਦੀ ਵੱਧ ਤੋਂ ਵੱਧ ਜੋ ਗੁਰੂ ਘਰ ਲਈ ਹੈ ਦਸਵੰਧ ਹੈ ਉਹ ਵੀ ਸੰਗਤਾਂ ਨੂੰ ਹੋਰ ਵੀ ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਸਾਰੀਆਂ ਜਿੱਥੋਂ ਵੀ ਸੰਗਤ ਕੋਈ ਸਾਨੂੰ ਭੇਜ ਸਕਦੀ ਆ ਉਹ ਸਾਡੀ ਵੈਬਸਾਈਟ 'ਤੇ ਸਾਨੂੰ ਗੁਰੂ ਘਰ ਲਈ ਭੇਜ ਸਕਦੇ ਆ, ਅਤੇ ਸਾਰੀਆਂ ਹੀ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਸਾਡੇ ਜਿਹੜੀ ਫੈਮਿਲੀਜ਼ ਆ ਬੜੀ ਲਿਮਿਟਡ ਆ, ਇੱਥੇ ਇੰਨੀਆਂ ਜ਼ਿਆਦਾ ਫੈਮਿਲੀਜ਼ ਨੀਗੀਆਂ ਜੇ ਜੋ ਆਪਾਂ ਇਸ ਨਵੇਂ ਗੁਰੂ ਘਰ ਦਾ ਇੰਨਾ ਮਤਲਬ ਭਾਰ ਝੱਲ ਸਕੀਏ ਇਸ ਟਾਈਮ 'ਤੇ। ਸੋ ਇਸੇ ਕਰਕੇ ਸੁਖਮੰਦਰ ਸਿੰਘ ਹੋਣਾ ਨੇ ਵੀ ਬੇਨਤੀ ਕੀਤੀ, ਮੈਂ ਫਿਰ ਵੀ ਆਪਾਂ ਸਾਰੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਜਿੰਨਾ ਵੀ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਸਾਡੇ ਇਸ ਕਾਰਜ ਦੇ ਵਿੱਚ ਸਹਿਯੋਗ ਦੇ ਸਕਦੇ ਜ਼ਰੂਰ ਦਿਓ। ਸਾਡੀ ਵੈਬਸਾਈਟ ਹੈ kcmsa.org, ਔਰ ਤੁਸੀਂ ਸਾਨੂੰ ਡਾਇਰੈਕਟਲੀ ਵੀ ਸੰਪਰਕ ਕਰ ਸਕਦੇ ਜੀ 9135299100 ਇਸ ਨੰਬਰ ਦੇ ਉੱਪਰ, ਔਰ ਆਪਾਂ ਸਾਰਿਆਂ ਦੇ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ। ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਨੀ ਜਿਹੜਾ ਉਹ ਆਪਾਂ ਅਕਾਊਂਟੇਬਲ ਹੋਊਗਾ, ਆਪਾਂ ਉਹ ਟੈਕਸ ਡਿਡੈਕਸ਼ਨ ਹੋ ਗਈ, ਔਰ ਆਪਾਂ ਉਹਨੂੰ ਹਰ ਇੱਕ ਹਿਸਾਬ ਤੁਹਾਨੂੰ ਦੇਣ ਵਾਸਤੇ ਆਪਾਂ ਹਮੇਸ਼ਾ ਵਚਨਬੰਧ ਹਾਂ। ਸੋ ਸਾਡੀ ਇਸ ਬੇਨਤੀ ਨੂੰ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਾਂਗਾ, ਜਿੱਥੇ ਜਿੱਥੇ ਵੀ ਸਾਨੂੰ ਸੁਣ ਰਹੀ ਆ ਜ਼ਰੂਰ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨ, ਸਾਡੇ ਇਸ ਕਾਰਜ ਦੇ ਵਿੱਚ ਜ਼ਰੂਰ ਹਿੱਸਾ ਪਾਉਣ। ਜਿੱਥੇ ਆਪਾਂ 550 ਸਾਲ ਮਨਾ ਰਹੇ ਹਾਂ ਉੱਥੇ ਆਪਾਂ ਇਹ ਗੁਰੂ ਘਰ ਦਾ ਨੀਂਹ ਪੱਥਰ ਇਸੇ ਸਾਲ ਦੇ ਵਿੱਚ ਰੱਖਿਆ ਹੈ। ਸੋ ਸਾਡੀ ਇਸ ਦੇ ਵਿੱਚ ਵੀ ਜ਼ਰੂਰ ਮਦਦ ਕਰਨ। ਸੁਖਮੰਦਰ ਸਿੰਘ ਜੀ, ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਜਿੱਥੇ ਅਸੀਂ ਅੱਜ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਰਹੇ ਹਾਂ, ਉਹਨਾਂ ਸਾਰੀ ਗੱਲਾਂ ਦਾ ਧਿਆਨ ਰੱਖ ਰਹੇ ਜੋ ਕਿ ਤੁਸੀਂ ਸਾਨੂੰ ਦੱਸੀ ਆ, ਲੇਕਿਨ ਉਸ ਦੇ ਉੱਤੇ ਤੁਸੀਂ ਕਿਵੇਂ ਚੜ੍ਹਨਾ ਪਾਓਗੇ ਜਿੱਥੇ ਗੁਰੂ ਘਰ ਬਣਨ ਤੋਂ ਬਾਅਦ ਕਾਫੀ ਸਾਰੀ ਪੋਲੀਟਿਕਸ ਸ਼ੁਰੂ ਹੋ ਜਾਂਦੀ ਹੈ, ਸਿਆਸਤ ਸ਼ੁਰੂ ਹੋ ਜਾਂਦੀ ਹੈ, ਔਰ ਕਈ ਸਾਰੇ ਜਿਹੜੇ ਹੋਰ ਵੀ ਤੁਹਾਡੇ ਨਾਲ ਦੇ ਨੇ ਉਹ ਤੁਹਾਡੀ ਉਹਨੂੰ ਲਾਈਕ ਨਹੀਂ ਕਰਦੇ, ਔਰ ਉਹ ਕਿਤੇ ਨਾ ਕਿਤੇ ਕੋਰਟਾਂ ਦੇ ਉੱਤੇ ਕੇਸ ਚਲੇ ਜਾਂਦੇ ਹਨ, ਫਿਰ ਉਸ ਗੱਲ ਦਾ ਧਿਆਨ ਕਿਵੇਂ ਰੱਖਿਆ ਜਾਵੇਗਾ? ਮੈਂ ਇੱਥੇ ਕਹਿਣਾ ਚਾਹਾਂਗਾ ਕਿ ਸਭ ਤੋਂ ਵੱਡਾ ਮੈਂ ਗੁਰੂ ਸਾਹਿਬ ਦਾ ਜੋ ਫਰਮਾਨ ਹੈ, ਗੁਰੂ ਸਾਹਿਬ ਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਸੋ ਸਭ ਤੋਂ ਵੱਡੀ ਇਹੋ ਹੀ ਚੀਜ਼ ਆ ਕਿ ਆਪਣੀਆਂ ਜਿਹੜੀਆਂ ਹੋਮੇ ਨੂੰ ਆਪਾਂ ਜ਼ਰੂਰ ਤਿਆਗੀਏ, ਇਹ ਨਾ ਕਹੀਏ ਕਿ ਮੈਂ ਚੰਗਾ ਹਾਂ। ਸੋ ਇਸ ਗੁਰੂ ਘਰ ਵਿੱਚ ਅਸੀਂ ਬੜੇ ਵਡਭਾਗੀ ਹਾਂ ਸਮਝੋ, ਕਿ ਆਪਾਂ ਇਹੋ ਹੀ ਕੋਸ਼ਿਸ਼ ਕੀਤੀ ਆ ਕਿ ਕੋਈ ਪ੍ਰੈਜੀਡੈਂਟ ਆ, ਕੋਈ ਸੈਕਟਰੀ ਆ, ਇਹੋ ਜਿਹੀ ਜਿਹੜੀ ਸਾਡੀ ਡੈਜ਼ੀਗਨੇਸ਼ਨ ਹੈ ਉਹ ਨਾ ਰੱਖੀ ਜਾਵੇ। ਔਫਕੋਰਸ ਸਾਨੂੰ ਜਦੋਂ ਬਾਹਰ ਆਪਾਂ ਕਮਿਊਨੀਕੇਟ ਕਰਦੇ ਹਾਂ ਇੱਥੋਂ ਦੀ ਅਮੈਰੀਕਨ ਕਮਿਊਨਿਟੀ ਦੇ ਨਾਲ, ਸਾਨੂੰ ਉਹ ਆਪਣਾ ਦੱਸਣਾ ਪੈਂਦਾ ਕਿ ਪ੍ਰੈਜੀਡੈਂਟ ਦਾ ਆ ਜਾਂ ਸੈਕਟਰੀ ਆ, ਪਰ ਐਜ਼ ਲੌਂਗ ਐਜ਼ ਆਪਾਂ ਇਸ ਗੁਰੂ ਘਰ ਦੇ ਵਿੱਚ ਹਾਂ, ਸਾਨੂੰ ਇਹ ਆਪਾਂ ਜਿਹੜੀ ਆ ਇਹ ਸਾਡੇ ਗੁਰੂ ਘਰ ਨੇ ਆਪਾਂ ਕਾਫੀ 4-5 ਸਾਲਾਂ ਤੋਂ ਇਹ ਬੰਦ ਕੀਤਾ ਹੋਇਆ ਕਿ ਨਾ ਕੋਈ ਪ੍ਰੈਜੀਡੈਂਟ ਹੈ ਨਾ ਕੋਈ ਸੈਕਟਰੀ ਆ, ਅਸੀਂ ਸਾਰੇ ਹੀ ਗੁਰੂ ਦੇ ਸੇਵਾਦਾਰ ਹਾਂ। ਔਰ ਜੇ ਆਪਾਂ ਇਹ ਲੈ ਕੇ ਚੱਲਾਂਗੇ ਤਾਂ ਤਾਂ ਹੀ ਇਹ ਸਾਡਾ ਜਿਹੜਾ ਕਾਰਜ ਸਿੱਧਾ ਹੋ ਸਕਦਾ ਆ। ਔਰ ਨਾਲ ਦੇ ਨਾਲ ਮੈਂ ਇੱਥੇ ਜ਼ਰੂਰ ਬੇਨਤੀ ਕਰਾਂਗਾ ਕਿ ਸਾਡਾ 550 ਸਾਲਾਂ ਮਨਾਇਆ ਤਾਂ ਹੀ ਕਾਮਯਾਬ ਹੈ ਜੇ ਆਪਾਂ ਰੋਜ਼ ਹਰ ਰੋਜ਼ ਆਪਾਂ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ। ਇੱਕ ਸਿੱਖ ਜਿਹੜਾ 2 ਵਾਰੀ ਐਟਲੀਸਟ ਅਰਦਾਸ ਕਰਦਾ ਸਰਬੱਤ ਦਾ ਭਲਾ। ਔਰ ਉੱਥੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਆਪਣੇ ਭਲੇ ਲਈ ਵੀ ਸੋਚੀਏ, ਜਿੱਥੇ ਆਪਾਂ ਸਾਡੇ ਪ੍ਰਚਾਰਕ ਸਾਡੇ ਪ੍ਰਬੰਧਕ ਹਰ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਹੋ ਰਹੀਆਂ, ਜਿਸ ਤਰ੍ਹਾਂ ਵੀਰ ਜੀ ਨੇ ਗੱਲ ਕੀਤੀ ਆ ਕਿ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਆ, ਔਰ ਮੈਂ ਖੜ੍ਹੇ ਹੋ ਕੇ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇ ਆਪਾਂ ਸਹੀ ਅਰਥਾਂ ਦੇ ਵਿੱਚ ਗੁਰੂ ਸਾਹਿਬ ਦਾ 550 ਸਾਲਾਂ ਮਨਾ ਰਹੇ ਹਾਂ, ਸੋ ਜਸ ਪੰਜਾਬੀ ਦੇ ਜਿਹੜੇ ਜਿਹੜੇ ਵੀ ਸਾਡੇ ਪ੍ਰਬੰਧਕ ਸਾਡੇ ਪ੍ਰਚਾਰਕ ਦੇਖ ਰਹੇ ਆ, ਮੈਂ ਇਹ ਵੀ ਬੇਨਤੀ ਕਰਾਂਗਾ ਕਿ ਜਿੰਨੇ ਵੀ ਕੋਰਟਾਂ ਦੇ ਕੇਸ ਆ ਅੱਜ ਆਪਾਂ ਪ੍ਰਣ ਕਰੀਏ ਕਿ ਉਹ ਵਾਪਸ ਲਈਏ, ਔਰ ਉਹ ਪੈਸਾ ਜਿਹੜਾ ਆਪਾਂ ਗਰੀਬਾਂ ਦੀ ਮਦਦ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਹੈ, ਜਿਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਮਦਦ ਕਰੀਏ। ਸੋ ਮੇਰੀ ਇਸ ਬੇਨਤੀ ਨੂੰ ਜੇ ਪ੍ਰਵਾਨ ਕਰੋਗੇ ਤਾਂ ਆਪਾਂ ਸਮਝਾਂਗੇ ਕਿ ਸਾਡੇ ਸਾਰੇ ਹੀ 550 ਸਾਲਾਂ ਮਨਾਇਆ ਜਿਹੜਾ ਆ ਇਹ ਕਾਮਯਾਬ ਆ। ਆਈ ਥਿੰਕ ਵੈਰੀ ਗੁੱਡ ਪੁਆਇੰਟ ਯੂ ਹੈਵ ਰੇਜ਼ਡ ਕਿ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸਾਨੂੰ ਵੇਖ ਰਹੇ ਨੇ, ਜਿਵੇਂ ਸਾਨੂੰ ਸੁਖਵਿੰਦਰ ਸਿੰਘ ਜੀ ਹੋਰਾਂ ਨੇ ਦੱਸਿਆ, ਜੇਕਰ ਕੋਈ ਵੀ ਕੇਸ ਕਿਸੇ ਵੀ ਕੋਰਟ ਦੇ ਵਿੱਚ ਪੈਂਡਿੰਗ ਹੈ, ਜੇਕਰ ਅਸੀਂ ਉਹਨੂੰ ਵਾਪਸ ਲੈ ਲੈਂਦੇ ਹਾਂ ਤਾਂ ਗੁਰੂ ਸਾਹਿਬ ਨੂੰ ਸਭ ਤੋਂ ਵੱਡਾ ਗਿਫਟ ਅਸੀਂ ਇਹ ਦੇ ਸਕਦੇ ਹਾਂ ਜੋ ਕਿ ਉਹਨਾਂ ਨੇ ਸਾਂਝੀਵਾਲਤਾ ਦਾ ਸੁਨੇਹਾ ਸਾਨੂੰ ਦਿੱਤਾ ਸੀਗਾ, ਔਰ ਉਹ ਸੁਨੇਹਾ ਕਿਤੇ ਨਾ ਕਿਤੇ ਅਗਰ ਉਹਨਾਂ ਨੂੰ ਵੇਖਣ ਨੂੰ ਮਿਲੇਗਾ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਵੀ ਹੋਵੇਗੀ, ਔਰ ਉਹਨਾਂ ਦੇ ਜਿਹੜੇ ਫਲਸਫੇ ਨੇ ਉਹਨੂੰ ਵੀ ਅਸੀਂ ਬਿਲਕੁਲ ਅੱਗੇ ਰੱਖ ਸਕਦੇ ਹਾਂ। ਅਤੇ ਤਮਾਮ ਮੇਰੇ ਨਾਲ ਹੋਰ ਵੀ ਜਿਹੜੇ ਇੱਥੇ ਕਾਰੋਬਾਰੀ ਪਹੁੰਚੇ ਹੋਏ ਹਨ ਔਰ ਜੋ ਕਿ ਇਸ ਮਿਡਵੈਸਟ
ਸਿੱਖ ਗੁਰਦੁਆਰਾ ਸਾਹਿਬ ਦੇ ਨਾਲ ਰਾਬਤਾ ਰੱਖਦੇ ਹਨ ਉਹਨਾਂ ਨੂੰ ਵੀ ਅਸੀਂ ਇੱਥੇ ਇਸ ਮੰਚ ਦੇ ਉੱਤੇ ਬੁਲਾਵਾਂਗੇ ਜੋ ਕਿ ਤਸ਼ਰੀਫ ਫਰਮਾਨ ਨੇ ਸਾਡੇ ਨਾਲ ਸੰਗਤ ਦੇ ਵਿੱਚ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਇਸ ਪ੍ਰੋਜੈਕਟ ਬਾਰੇ ਔਰ ਅਗਰ ਇਹ ਪ੍ਰੋਜੈਕਟ ਹੋਣ ਦੇ ਵਿੱਚ ਆਉਂਦਾ ਤਾਂ ਕਿਵੇਂ ਕੈਂਸਸ ਸਿਟੀ ਅਤੇ ਮਿਡ ਵੈਸਟ ਸਿੱਖ ਗੁਰਦੁਆਰਾ ਸਾਹਿਬ ਪ੍ਰੋਗਰੈਸਿਵ ਹੋਏਗਾ ਵਿਦ ਇਨ ਅਮੈਰੀਕਨ ਕਮਿਊਨਿਟੀ ਔਰ ਨਾਲ ਦੀਆਂ ਹੋਰ ਭਾਈਚਾਰੇ ਦੇ ਵਿੱਚ ਕਿਵੇਂ ਇਹ ਪੈਗਾਮ ਲੈ ਕੇ ਜਾਵੇਗਾ ਕਰਾਂਗੇ ਇਸ ਉੱਤੇ ਵੀ ਵਿਚਾਰ ਇਸ ਬ੍ਰੇਕ ਤੋਂ ਉਸ ਪਾਰ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਸਟ ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਹੁਣ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਮੰਚ ਦੇ ਉੱਤੇ ਫਾਈਵ ਰਿਵਰ ਟਰਾਂਸਪੋਰਟ ਤੋਂ ਗਗਨਦੀਪ ਸਿੰਘ ਅਤੇ ਪਵਿੱਤਰ ਸਿੰਘ ਜਿਹਨਾਂ ਦਾ ਆਪ ਦਾ ਇੱਥੇ ਟਰਾਂਸਪੋਰਟ ਅਤੇ ਟਰੱਕਿੰਗ ਦਾ ਬਿਜ਼ਨਸ ਹੈਗਾ ਔਰ ਕਿਵੇਂ ਇਹ ਕੈਂਸਸ ਸਿਟੀ ਵਿਖੇ ਪ੍ਰੋਗਰੈਸਿਵ ਹੋ ਰਹੇ ਹਨ ਔਰ ਗੁਰੂ ਘਰ ਦੇ ਨਾਲ ਕਦ ਜੁੜੇ ਔਰ ਜਿਹੜਾ ਪ੍ਰੋਜੈਕਟ ਇਨ ਫਿਊਚਰ ਆ ਰਿਹਾ ਉਹਦੀ ਲੋੜ ਕਿਉਂ ਪਈ ਔਰ ਕਿਵੇਂ ਇਹ ਸਹਿਯੋਗ ਕਰ ਰਹੇ ਹਨ ਇਸ ਦੇ ਉੱਤੇ ਅਸੀਂ ਚਾਨਣਾ ਪਾਵਾਂਗੇ ਤੁਹਾਡਾ ਸਵਾਗਤ ਹੈਗਾ ਇਸ ਮੰਚ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਉਹਨਾਂ ਵੱਲੋਂ ਸਿੱਖ ਸਮੂਹ ਸਿੱਖ ਸੰਗਤ ਅਤੇ ਉਹਨਾਂ ਦੇ ਪੈਰਾਂ ਘਰਾਂ ਵੱਲੋਂ ਮਨਾਇਆ ਜਾ ਰਿਹਾ ਉਹਦੇ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਕੈਂਸਰ ਸਿਟੀ ਦੀ ਸਾਧ ਸੰਗਤ ਵੱਲੋਂ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਮੁਬਾਰਕਬਾਦ ਦਿੰਦਾ ਅਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਥੈਂਕ ਯੂ ਵੈਰੀ ਮੱਚ ਪਵਿੱਤਰ ਸਿੰਘ ਜੀ ਕੀ ਕਹਿਣਾ ਚਾਹੋਗੇ ਨਹੀਂ ਮੈਂ ਇਹਨਾਂ ਦੇ ਜੋ ਇਹਨਾਂ ਨੇ ਕਿਹਾ ਮੈਂ ਉਹੀ ਚੀਜ਼ ਨੂੰ ਸ਼ੇਅਰ ਕਰਨਾ ਚਾਹੁੰਦਾ ਅਤੇ ਸਾਰਿਆਂ ਨੂੰ ਯੂਨੋ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਨਾ ਵਧਾਈ ਦੇਣਾ ਚਾਹੁੰਦਾ ਜਿਹੜੇ ਜਸ ਪੰਜਾਬੀ ਚੈਨਲ ਨੂੰ ਦੇਖ ਰਹੇ ਆ ਜੀ ਗਗਨ ਜੀ ਪਵਿੱਤਰ ਜੀ ਤੁਸੀਂ ਵਪਾਰ ਕਰਦੇ ਹੋ ਵਪਾਰ ਦੀ ਪਰਿਭਾਸ਼ਾ ਸਾਨੂੰ ਗੁਰੂ ਸਾਹਿਬ ਸਿਖਾ ਗਏ ਸੀਗੇ ਉਹਨੂੰ ਅਸੀਂ ਜ਼ਮੀਨੀ ਪੱਧਰ ਤੇ ਕਿਵੇਂ ਰੱਖੀਏ ਔਰ ਕਿਵੇਂ ਰੱਖਣਾ ਚਾਹੀਦਾ ਸਾਨੂੰ ਦੇਖੋ ਜੀ ਵਪਾਰ ਦੀ ਭਾਸ਼ਾ ਬੇਸਿਕਲੀ ਗੁਰੂ ਸਾਹਿਬ ਦੇ ਤਾਂ ਤੁਸੀਂ ਕਹਿ ਲਓ ਵੀ ਉਹਨਾਂ ਦੇ ਚਰਨਾਂ ਦੀ ਧੂੜ ਬਣਨਾ ਵੀ ਜੇ ਬਣ ਜੇ ਵੱਧਾ ਤਾਂ ਮੈਂ ਕਹਿੰਦਾ ਵੀ ਉਹਦਾ ਜੀਵਨ ਸਫਲ ਹੋ ਜਾਂਦਾ ਪਰ ਜਿਹੜਾ ਵਪਾਰ ਦੀ ਭਾਸ਼ਾ ਇਹ ਹੈ ਜੀ ਤੁਸੀਂ ਫੇਅਰ ਚੱਲੋ ਕਿਸੇ ਦਾ ਹੱਕ ਨਾ ਰੱਖੋ ਕੋਸ਼ਿਸ਼ ਕਰੋ ਵੀ ਤੁਸੀਂ ਕਿਸੇ ਦੀ ਬਦਦੁਆ ਨਾ ਲਓ ਦੇਖੋ ਜਦੋਂ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡਾ ਸਾਂਝੀ ਕਰਨਾ ਚਾਹੂੰ ਬਹੁਤ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਅਮੈਰੀਕਾ ਦੇ ਵਿੱਚ ਹਰ ਇੱਕ ਬਾਹਰਲੇ ਸਾਰਿਆਂ ਮੁਲਕਾਂ 'ਚ ਕੋਈ ਬੜਾ ਸੌਖਾ ਆ ਜਾਂਦਾ ਕੋਈ ਬਹੁਤ ਔਖਾ ਆਉਂਦਾ ਕੋਈ ਵਿਚਾਰਾ ਵਰਕ ਪਰਮਿਟ 'ਤੇ ਆ ਕਿਵੇਂ ਹਰੇਕ ਬੰਦੇ ਨੂੰ ਤੁਸੀਂ ਫੇਅਰ ਸਮਝੋ ਅਤੇ ਉਹਦੇ ਨਾਲ ਫੇਅਰ ਚੱਲੋ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਵੀ ਹਰ ਕਿਸੇ ਦਾ ਹੱਕ ਨਾ ਰੱਖੋ ਕਿਰਤ ਕਰੋ ਵੰਡ ਛਕੋ ਅਤੇ ਜੋ ਵੀ ਤੁਸੀਂ ਵਪਾਰ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਦਸਬੰਧ ਆ ਉਹ ਤੁਹਾਨੂੰ ਜ਼ਰੂਰ ਕੱਢਣਾ ਚਾਹੀਦਾ ਉਹ ਕਿਸੇ ਚੰਗੇ ਲੇਖੇ ਲਾਉਣਾ ਚਾਹੀਦਾ ਕਿਸੇ ਗਰੀਬ ਦੇ ਹੱਕ 'ਚ ਲਾਉਣਾ ਚਾਹੀਦਾ ਜਾਂ ਜਿਹਨੂੰ ਵੀ ਤੁਸੀਂ ਮੰਨਦੇ ਹੋ ਕਿਸੇ ਜਿਹੜੀ ਜਿਹਦੇ ਵੀ ਤੁਸੀਂ ਪੈਰੋਕਾਰ ਹੋ ਲੱਗਦਾ ਵੀ ਉਹਦੇ ਚਰਨਾਂ 'ਚ ਤੁਹਾਨੂੰ ਜਿਹੜਾ ਉਹ ਅਰਪਿਤ ਕਰਨਾ ਚਾਹੁੰਦਾ ਬਿਲਕੁਲ ਮੇਰੇ ਨਾਲ ਸੰਗਤ ਦੇ ਵਿੱਚ ਤਸ਼ਰੀਫ ਫਰਮਾਨ ਨੇ ਤੀਰਥ ਸਰਾਏ ਜੋ ਕਿ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਇਹਨਾਂ ਦਾ ਵਪਾਰ ਹੈਗਾ ਹੈ ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਕੀ ਕੁਝ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਔਰ ਜਿਹੜੀ ਵਪਾਰ ਦੀ ਪਰਿਭਾਸ਼ਾ ਇੱਥੇ ਗਗਨ ਜੀ ਹੋਰਾਂ ਨੇ ਸਾਨੂੰ ਦੱਸੀ ਤੁਸੀਂ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ ਹਾਂਜੀ ਬਿਲਕੁਲ ਜੀ ਪਹਿਲਾਂ ਤਾਂ ਜਸ ਪੰਜਾਬੀ ਨੂੰ ਜੀ ਆਇਆਂ ਕੈਂਸਰ ਸਿਟੀ ਵਿੱਚ ਅਤੇ ਮੈਂ ਗਗਨਵੀਰ ਨਾਲ ਬਿਲਕੁਲ ਸਹਿਮਤ ਹਾਂ ਜੀ ਬਾਕੀ ਸੁਰਿੰਦਰ ਸਿੰਘ ਹੁੰਦਲ ਹੋਰਾਂ ਨੇ ਸਾਡੇ ਤੋਂ ਬੈਟਰ ਦੱਸ ਹੀ ਦਿੱਤਾ ਵੀ ਕਿਵੇਂ ਅਸੀਂ 550ਵਾਂ ਪੁਰਬ ਮਨਾਉਣਾ ਹੈਗਾ ਗੁਰੂ ਸਾਹਿਬ ਦਾ ਅਤੇ ਕਿਵੇਂ ਅਸੀਂ ਨਵੀਂ ਬਿਲਡਿੰਗ ਬਣਾ ਰਹੇ ਹਾਂ ਉਹਦੇ ਵਿੱਚ ਸਾਨੂੰ ਕਿਸ ਕਿਸ ਚੀਜ਼ ਦੀ ਸਹਿਯੋਗ ਦੀ ਲੋੜ ਹੈ ਅਤੇ ਉਹਨਾਂ ਨੇ ਸਾਰਾ ਕੁਛ ਦੱਸ ਹੀ ਦਿੱਤਾ ਜੀ ਅਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਬਿਲਕੁਲ ਤੁਹਾਡੇ ਨਾਲ ਮੌਜੂਦ ਨੇ ਗਿਆਨੀ ਕੁਲਵੰਤ ਸਿੰਘ ਜੀ ਜੋ ਕਿ ਹੈੱਡ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੇ ਉਹਨਾਂ ਦਾ ਵੀ ਅਸੀਂ ਇਸ ਮੰਚ ਦੇ ਉੱਤੇ ਸਵਾਗਤ ਕਰਦੇ ਹਾਂ ਗਿਆਨੀ ਜੀ ਕੀ ਕੁਝ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਅਸੀਂ ਜਸ ਪੰਜਾਬੀ ਟੈਲੀਵਿਜ਼ਨ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਬੜੀ ਅੱਛਾ ਕਮਿਊਨਿਟੀ ਦੀ ਸੇਵਾ ਕਰ ਰਹੇ ਪੰਜਾਬੀਅਤ ਦੀ ਸੇਵਾ ਕਰ ਰਹੇ ਨੇ ਅਤੇ ਨਾਲ ਧਾਰਮਿਕ ਵੀ ਇਸ ਪੱਖੋਂ ਵੀ ਹਰ ਤਰ੍ਹਾਂ ਦਾ ਮੁੱਦਾ ਸੰਗਤਾਂ ਦੇ ਸਾਹਮਣੇ ਲਿਆਉਂਦੇ ਨੇ ਅਤੇ ਇਹਨਾਂ ਨੂੰ ਕੈਂਸਰ ਸਿਟੀ ਵਿੱਚ ਜੀ ਆਇਆਂ ਨੂੰ ਤੁਹਾਨੂੰ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਮੈਸੇਜ ਹੈ ਕਿ ਸਰਬ ਸਾਂਝੀ ਵਾਲਤਾ ਦਾ ਸਾਰਿਆਂ ਨੂੰ ਪਿਆਰ ਕਰੀਏ ਅਤੇ ਇਮਾਨਦਾਰੀ ਦੇ ਨਾਲ ਹੱਕ ਸੱਚ ਦੀ ਕਮਾਈ ਕਰੀਏ ਅਤੇ ਨਾਮ ਜਪੋ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਤਿੰਨੋਂ ਅਸੂਲਾਂ ਨੂੰ ਜ਼ਿੰਦਗੀ ਅੰਦਰ ਅਪਣਾ ਕੇ ਅਤੇ ਆਪਣਾ ਜਨਮ ਸਫਲਾ ਕਰੀਏ ਅਤੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਦਰਕਾਰ ਦੀਆਂ ਪ੍ਰਾਪਤ ਕਰੀਏ ਬਿਲਕੁਲ ਸਾਡੇ ਨਾਲ ਕੁਲਵਿੰਦਰ ਸਿੰਘ ਬਿੱਟੂ ਜੁੜ ਚੁੱਕੇ ਨੇ ਉਹ ਤਸ਼ਰੀਫ ਫਰਮਾਨ ਨੇ ਉਹਨਾਂ ਦਾ ਅਸੀਂ ਇਸ ਮੰਚ ਦੇ ਉੱਤੇ ਸਵਾਗਤ ਕਰਦੇ ਹਾਂ ਚਰਨਜੀਤ ਸਿੰਘ ਹੁੰਦਲ ਵੀ ਪਹੁੰਚ ਚੁੱਕੇ ਨੇ ਉਹਨਾਂ ਦਾ ਜੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਅਤੇ ਨਾਲ ਹੀ ਅਸੀਂ ਬਸਰਾ ਬ੍ਰਦਰਸ ਜਿਨ੍ਹਾਂ ਦੇ ਗੈਸ ਸਟੇਸ਼ਨ ਅਤੇ ਟਰੱਕਿੰਗ ਬਿਜ਼ਨਸ ਹੈਗਾ ਸਵਰਨ ਬਸਰਾ ਅਤੇ ਦਿਲਬਾਗ ਬਸਰਾ ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਅਤੇ ਮੈਂ ਚਾਹਾਂਗਾ ਕਿ ਜੋ ਸਾਡੇ ਨਾਲ ਮੌਜੂਦ ਹਨ
ਤੁਸੀਂ ਕੀ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਔਰ ਕੀ ਕੁਝ ਤੁਸੀਂ ਅੱਜ ਗੱਲ ਰੱਖੋਗੇ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਔਰ ਜਿਹੜਾ ਫਿਊਚਰ ਪ੍ਰੋਜੈਕਟ ਹੋਣ ਦੇ ਵਿੱਚ ਆਵੇਗਾ ਉਹਦੇ ਲਈ ਤੁਸੀਂ ਕੀ ਕੁਝ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੇਰੀ ਜਸ ਟੀ ਵੀ ਵਾਲਿਆਂ ਨੂੰ ਕੈਂਸਰ ਸਿਟੀ ਆਉਣ 'ਤੇ ਨਿੱਘਾ ਸਵਾਗਤ ਅਤੇ ਸਾਡੀ ਸਮੂਹ ਸਾਧ ਸੰਗਤ ਵੱਲੋਂ ਕੈਂਸਰ ਸਿਟੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਇੱਥੇ ਆਏ ਔਰ ਮੇਰਾ ਖਿਆਲ ਆ ਵੀ ਸਾਰੇ ਆਪਣੇ ਪੰਜਾਬੀ ਜਸ ਟੀ ਵੀ ਦਾ ਜਿਹੜਾ ਮੁੱਦਾ ਪ੍ਰੋਗਰਾਮ ਆ ਉਹ ਤੁਹਾਨੂੰ ਤਾਂ ਬਹੁਤ ਲਾਈਕ ਕਰਦੇ ਆ। ਉਸ ਤੋਂ ਬਾਅਦ ਮੈਂ ਇਹੀ ਕਹਿਣਾ ਚਾਹੁੰਦਾ ਬਾਕੀ ਸਾਡੇ ਪ੍ਰਧਾਨ ਸਾਹਿਬ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਸਾਰਾ ਕੁਛ। ਬਸ ਇਹਨਾਂ ਨੇ ਗੁਰੂ ਨਾਨਕ ਸਾਹਿਬ ਦਾ 550 ਸਾਲ ਜਨਮ ਦਿਵਸ ਅਸੀਂ ਬੜੇ ਸ਼ਰਧਾ ਧੂਮਧਾਮ ਨਾਲ ਮਨਾਵਾਂਗੇ। ਬਸ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਅੱਗੇ ਲਾਉਂਦਾ। ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ ਅਤੇ ਹੁਣ ਬ੍ਰੇਕ ਦੇ ਉੱਤੇ ਅਸੀਂ ਜਾ ਰਹੇ ਹਾਂ। ਜਦ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਜੋ ਕਿ ਇਹ ਫਲਸਫਾ ਗੁਰੂ ਸਾਹਿਬ ਨੇ ਬਹੁਤ ਹੀ ਪਹਿਲਾਂ ਸਾਨੂੰ ਦਿੱਤਾ ਸੀਗਾ ਔਰ ਵੂਮੈਨ ਇੰਪਾਵਰਮੈਂਟ ਦੀ ਅਸੀਂ ਗੱਲ ਕਰਦੇ ਹਾਂ ਤਮਾਮ ਅੱਜ ਇੱਥੇ ਸਾਡੇ ਵਿੱਚ ਸਾਡੀ ਮਹਿਲਾਵਾਂ ਵੀ ਮੌਜੂਦ ਹਨ, ਸਾਡੀ ਭੈਣਾਂ, ਸਾਡੀ ਮਾਤਾਵਾਂ ਮੌਜੂਦ ਹਨ ਜੋ ਕਿ ਇਸ ਗੱਲ ਨੂੰ ਵੀ ਰੱਖਣਗੀਆਂ ਜੋ ਕਿ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਦਾ ਫਿਊਚਰ ਪ੍ਰੋਜੈਕਟ ਹੈ ਬੱਚਿਆਂ ਦੇ ਲਈ, ਵਿਦਿਆਰਥੀਆਂ ਲਈ ਕਿੰਨੀ ਕੁ ਲੋੜ ਹੈਗੀ ਹੈ ਕੈਂਸਰ ਸਿਟੀ ਵਿਖੇ, ਇਸ ਦੇ ਉੱਤੇ ਵੀ ਅਸੀਂ ਚਾਨਣਾ ਪਾਵਾਂਗੇ। ਭੈਣ ਜੀ ਬਖਸ਼ੀਸ਼ ਕੌਰ ਮੌਜੂਦ ਨੇ, ਉਹ ਕੀ ਕੁਛ ਸਾਡੇ ਨਾਲ ਵਿਚਾਰ ਰੱਖਣਗੇ, ਲਵਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਸ ਬ੍ਰੇਕ ਤੋਂ ਉਸ ਪਾਰ। ਅਖੀਰਲੇ ਸੈਗਮੈਂਟ ਦੇ ਵਿੱਚ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਏ ਸਲਿੰਕ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਟੀਚਰਸ ਇੱਥੇ ਮੌਜੂਦ ਹਨ ਮਿਡਵੈਸਟ ਸਿੱਖ ਗੁਰਦੁਆਰਾ ਸਾਹਿਬ ਵਿਖੇ, ਉਹ ਕਿਵੇਂ ਕੋਈ ਅੱਗੇ ਇਸ ਫਿਊਚਰ ਪ੍ਰੋਜੈਕਟ ਨੂੰ ਵੇਖਦੇ ਹਨ ਔਰ ਕਿੰਨਾ ਕੁ ਇੰਪੋਰਟੈਂਟ ਹੈ ਅੱਗੇ ਵਿਦਿਆਰਥੀਆਂ ਦੇ ਲਈ ਅਤੇ ਇੱਥੇ ਵੱਸਦੇ ਬੱਚਿਆਂ ਦੇ ਲਈ ਜੋ ਕਿ ਇਸ ਗੁਰੂ ਘਰ ਦੇ ਨਾਲ ਜੁੜਨਗੇ? ਮੇਰੇ ਨਾਲ ਇੱਥੇ ਪਲਵਿੰਦਰ ਕੌਰ ਜੀ ਮੌਜੂਦ ਨੇ। ਪਲਵਿੰਦਰ ਜੀ, ਤੁਹਾਡਾ ਸਵਾਗਤ ਹੈ ਇਸ ਮੰਚ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕੁਝ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਔਰ ਕਿੰਨੀ ਕੁ ਲੋੜ ਪੈ ਗਈ ਇਸ ਪ੍ਰੋਜੈਕਟ ਦੀ ਔਰ ਬੱਚੇ ਕਿਵੇਂ ਇਸ ਪ੍ਰੋਜੈਕਟ ਦੇ ਨਾਲ ਜੁੜਨਗੇ ਔਰ ਕਿਵੇਂ ਉਹ ਵਚਨਬੱਧ ਹੋਣਗੇ ਸਾਡੀ ਕੌਮ ਦੇ ਲਈ? ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਜਦੋਂ ਅਸੀਂ ਬੱਚਿਆਂ ਨੂੰ ਮੁੱਖ ਰੱਖ ਰਹੇ ਹਾਂ ਤਾਂ ਬੱਚਿਆਂ ਨੂੰ ਪੁੱਛਿਆ ਜਾਏ ਕਿ ਉਹ ਕਿਸ ਤਰ੍ਹਾਂ ਸਿੱਖਣਾ ਚਾਹੁੰਦੇ ਨੇ ਅਤੇ ਕੀ ਸਿੱਖਣਾ ਚਾਹੁੰਦੇ ਨੇ, ਤਾਂ ਜਦੋਂ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਸਿਖਾਵਾਂਗੇ ਤਾਂ ਫਿਰ ਉਹ ਅੱਛੀ ਤਰ੍ਹਾਂ ਇਹ ਸਿੱਖੀ ਦਾ ਸੁਨੇਹਾ ਜੋ ਜਾ ਕੇ ਬਾਹਰ ਆਪਣੇ ਸਕੂਲ ਵਿੱਚ ਜਾਂ ਆਊਟਸਾਈਡ ਵਰਲਡ ਦੇ ਵਿੱਚ ਦੇ ਸਕਦੇ ਨੇ। ਔਰ ਦੂਸਰਾ ਇਹ ਹੈ ਕਿ ਵੀ ਹਰ ਇੱਕ ਜਗ੍ਹਾ ਤਾਂ ਪੰਜਾਬੀ ਨਹੀਂ ਸਿਖਾਈ ਜਾ ਸਕਦੀ ਔਰ ਕਈ ਵਾਰ ਬੱਚੇ ਉਤਨਾ ਇੰਟਰਸਟਿਡ ਨਹੀਂ ਹੁੰਦੇ ਔਰ ਬਾਹਰ ਜਾ ਕੇ ਤਾਂ ਉਹਨਾਂ ਨੇ ਇੰਗਲਿਸ਼ ਵਿੱਚ ਹੀ ਦੱਸਣਾ ਹੈ, ਤਾਂ ਅਸੀਂ ਇਹ ਵੀ ਟਰਾਈ ਕਰ ਰਹੇ ਹਾਂ ਇੱਥੇ ਕਿ ਅਸੀਂ ਬੱਚਿਆਂ ਨੂੰ ਇੰਗਲਿਸ਼ ਵਿੱਚ ਵੀ ਦੱਸੀਏ ਅਤੇ ਫਸਟ ਉਹਨਾਂ ਨੂੰ ਪੁੱਛੀਏ ਕਿ ਉਹ ਕੀ ਕਰਨਾ ਚਾਹੁੰਦੇ ਨੇ ਅਤੇ ਫਿਰ ਉਹਨਾਂ ਨੂੰ ਇੰਗਲਿਸ਼ ਵਿੱਚ ਹੀ ਦੱਸਿਆ ਜਾਏ ਤਾਂ ਕਿ ਉਸ ਤੋਂ ਬਾਅਦ ਉਹ ਸਾਡੇ ਤੋਂ ਅਗਲੀ ਜਨਰੇਸ਼ਨ ਜੋ ਹੈ ਉਹ ਆਪਣਾ ਉਹੀ ਸੁਨੇਹਾ ਉਸ ਲੈਂਗੁਏਜ ਵਿੱਚ ਦੇ ਸਕਣ, ਕਿਉਂਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਉਹੀ ਭਾਸ਼ਾ ਬੋਲੀ ਜਾਂਦੀ ਹੈ, ਤਾਂ ਹੁਣ ਜਦੋਂ ਅਸੀਂ ਇੱਥੇ ਹੈਗੇ ਹਾਂ ਸਾਰਾ ਕੁਛ ਇੰਗਲਿਸ਼ ਵਿੱਚ ਹੁੰਦਾ ਹੈ ਤਾਂ ਅਸੀਂ ਉਹ ਵੀ ਇੰਗਲਿਸ਼ ਵਿੱਚ ਕਰ ਸਕਦੇ ਹਾਂ। ਪ੍ਰੀਤਮ ਕੌਰ ਜੀ, ਸਹਿਮਤੀ ਰੱਖਦੇ ਹੋ ਤੁਸੀਂ ਇਸ ਗੱਲ ਦੇ ਨਾਲ? ਹਾਂਜੀ, ਮੈਂ ਪੂਰੀ ਤਰ੍ਹਾਂ ਸਹਿਮਤੀ ਰੱਖਦੀ ਹਾਂ ਅਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਸਿੱਖ ਰਿਲੀਜਨ ਹੈ ਇਹ ਇੱਕ ਮਤਲਬ ਇੱਕ ਕੌਮ ਦਾ ਰਿਲੀਜਨ ਨਹੀਂ ਹੈ, ਇਹ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ ਇਹ ਸਰਬ ਸਾਂਝੀ ਗੁਰਬਾਣੀ ਹੈ। ਮਤਲਬ ਸਾਨੂੰ ਇਹ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੀ ਜਿਹੜਾ ਸਿੱਖ ਰਿਲੀਜਨ ਇਟਸ ਨੋਟ ਏ ਰਿਲੀਜਨ, ਇਟਸ ਅ ਫਿਲੋਸਫੀ। ਇਹ ਸਾਰੀਆਂ ਕੌਮਾਂ ਦਾ ਰਿਲੀਜਨ ਹੈ ਅਤੇ ਸਾਨੂੰ ਇਹ ਸੁਨੇਹਾ ਬੱਚਿਆਂ ਦੇ ਥਰੂ ਆਪਣੇ ਥਰੂ ਮਤਲਬ ਜੋ ਵੀ ਸਾਨੂੰ ਮਤਲਬ ਜੋ ਵੀ ਵੇ ਆਊਟ ਸਾਨੂੰ ਮਿਲਦਾ ਹੈ ਉਹਦੇ ਥਰੂ ਸਾਨੂੰ ਪੂਰੇ ਵਰਲਡ ਨੂੰ ਦੱਸਣ ਦੀ ਜ਼ਰੂਰਤ ਹੈ ਵੀ ਇਹ ਨਹੀਂ ਅਸੀਂ ਇਹਨੂੰ ਆਪਣੇ ਕੋਲ ਹੀ ਕੰਟੇਨ ਕਰਕੇ ਰੱਖੀਏ। ਇਹ ਸਾਰੇ ਰਿਲੀਜਨਸ ਦਾ ਰਿਲੀਜਨ ਹੈ, ਇੱਕ ਫਿਲੋਸਫੀ ਹੈ ਗੁਰੂ ਨਾਨਕ ਦੇਵ ਜੀ ਦੀ ਜਿਨ੍ਹਾਂ ਨੇ ਤਿੰਨ ਮੇਨ ਮਤਲਬ ਸਾਨੂੰ ਸੁਨੇਹੇ ਦਿੱਤੇ। ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿਰਤ ਕਰੋ, ਦੂਸਰਾ ਉਹਨਾਂ ਨੇ ਕਿਹਾ ਸੇਵਾ ਕਰੋ, ਤੀਸਰੇ ਨੰਬਰ 'ਤੇ ਆ ਕੇ ਸਿਮਰਨ ਹੈ। ਪਰ ਜਿਹੜਾ ਸਾਡਾ ਸਿੱਖ ਰਿਲੀਜਨ ਹੈ ਇਹ ਇੱਕ ਮਤਲਬ ਬਹੁਤ ਹੀ ਕਹਿ ਲਓ ਵੰਡਰਫੁਲ ਰਿਲੀਜਨ ਜਿਹਨੂੰ ਕਹਿ ਸਕਦੇ ਹਾਂ, ਅਤੇ ਇਸ ਕਰਕੇ ਜਿਹੜਾ ਇਹ ਰਿਲੀਜਨ ਹੈ ਅਸੀਂ ਇਹਨੂੰ ਆਪਣੇ ਤੱਕ ਨਾ ਰੱਖੀਏ। ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਅਸੀਂ ਦੂਜਿਆਂ ਨੂੰ ਵੀ ਦੱਸੀਏ, ਕਿਉਂਕਿ ਜਿਵੇਂ ਅਸੀਂ ਕਿਤੇ ਵੀ ਜਾਂਦੇ ਹਾਂ ਮਤਲਬ ਅਮੈਰੀਕਨਸ 'ਚ, ਬ੍ਰਿਟਿਸ਼ 'ਚ ਕਿਤੇ ਵੀ ਜਾਂਦੇ ਹਾਂ,
ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਰਿਲੀਜਨ ਕੀ ਹੈ। ਇਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਦੱਸਣਾ ਹੀ ਨਹੀਂ ਚਾਹੁੰਦੇ ਲੋਕਾਂ ਨੂੰ। ਅਸੀਂ ਇਹੀ ਸਮਝਦੇ ਹਾਂ ਵੀ ਇਹ ਸਾਡਾ ਹੀ ਰਿਲੀਜਨ ਹੈ, ਗੁਰੂ ਨਾਨਕ ਦੇਵ ਜੀ ਸਾਡੇ ਹੀ ਹੈ। ਪਰ ਉਹ ਸਾਰੇ ਧਰਮਾਂ ਦੇ ਸੀਗੇ ਅਤੇ ਸਾਰੇ ਧਰਮਾਂ ਨੂੰ ਉਹਨਾਂ ਨੇ ਇਕੁਅਲ ਦਿੱਤੀ, ਮਤਲਬ ਇੰਪੋਰਟੈਂਸ ਦਿੱਤੀ। ਇਹ ਨਹੀਂ ਸਿਰਫ ਕਿਹਾ ਵੀ ਮੈਂ ਇੱਕ ਸਿੱਖੀ ਹਾਂ। ਅਤੇ ਈਵਨ ਜਦੋਂ ਉਹਨਾਂ ਦੇ ਨਾਲ ਜਿਹੜੇ ਮਰਦਾਨਾ ਜੀ ਸੀਗੇ, ਸਾਰੀ ਉਮਰ ਉਹਨਾਂ ਦੇ ਨਾਲ ਰਹੇ, ਅਤੇ ਉਹਨਾਂ ਨੇ ਕਦੀ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪਣਾ ਰਿਲੀਜਨ ਬਦਲੋ। ਅਤੇ ਜਦੋਂ ਉਹਨਾਂ ਦਾ ਅਖੀਰਲਾ ਟਾਈਮ ਆਇਆ, ਉਦੋਂ ਵੀ ਉਹਨਾਂ ਨੇ ਉਹਨਾਂ ਤੋਂ ਇਹ ਪੁੱਛਿਆ, ਮਤਲਬ ਪਹਿਲਾਂ, ਕਿ ਤੁਹਾਡਾ ਸੰਸਕਾਰ ਕਿਵੇਂ ਕੀਤਾ ਜਾਵੇ, ਮੁਸਲਿਮ ਤਰੀਕੇ ਨਾਲ ਕੀਤਾ ਜਾਵੇ ਜਾਂ ਤੁਸੀਂ ਮਤਲਬ ਦੂਜੇ ਤਰੀਕੇ ਨਾਲ। ਇਸ ਕਰਕੇ ਮਤਲਬ ਇਹ ਹੀ ਕਹਿੰਦਾ ਵਧੀਆ ਰਿਲੀਜਨ ਹੈ, ਇੰਨੀ ਵਧੀਆ ਫਿਲੋਸਫੀ ਹੈ, ਜੇ ਅਸੀਂ ਇਹਨੂੰ ਐਬਜ਼ੋਰਬ ਕਰਨ ਦੀ ਕੋਸ਼ਿਸ਼ ਕਰੀਏ ਅਤੇ ਦੂਜਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਇਹਨੂੰ ਦੂਰ ਦੂਰ ਤੱਕ ਫੈਲਾ ਸਕਦੇ ਹਾਂ ਅਤੇ ਪੂਰੇ ਵਰਲਡ ਦੇ ਵਿੱਚ ਅਸੀਂ ਸ਼ਾਂਤੀ ਫੈਲਾ ਸਕਦੇ। ਬਿਲਕੁਲ, ਜਿਵੇਂ ਗੁਰੂ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਨੋ ਰਿਲੀਜਨ ਇਜ਼ ਹਾਇਰ ਦੈਨ ਹਿਊਮੈਨਿਟੀ, ਮਾਨਵਤਾ ਦੀ ਸੇਵਾ ਹੀ ਸਾਡਾ ਧਰਮ ਹੈ ਔਰ ਉਸ ਧਰਮ ਨੂੰ ਅੱਗੇ ਲਿਜਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਜਿਵੇਂ ਕਿ ਉਹਨਾਂ ਨੇ ਹਰ ਜਾਤ ਪਾਤ ਨੂੰ ਦੂਰ ਰੱਖਿਆ, ਹਰ ਇੱਕ ਨੂੰ ਇੱਕ ਹੀ ਬਣਾਇਆ, ਇੱਕ ਓਂਕਾਰ ਦਾ ਸੁਨੇਹਾ ਦਿੱਤਾ। ਔਰ ਜਿਵੇਂ ਕਿ ਉਹਨਾਂ ਨੇ ਸਿਰਫ ਸਗੋਂ ਸਿਰਫ ਮੈਨ ਦੀ ਗੱਲ ਹੀ ਨਹੀਂ ਕੀਤੀ, ਸਗੋਂ ਉਹਨਾਂ ਨੇ ਵੁਮੈਨ ਦੀ ਵੀ ਗੱਲ ਕੀਤੀ ਔਰ ਵੁਮੈਨ ਇੰਪਾਵਰਮੈਂਟ ਦੀ ਵੀ ਗੱਲ ਕੀਤੀ। ਯਾਨੀ ਕਿ ਅਗਰ ਅਸੀਂ ਉਸ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਅੱਜ ਜਿੱਥੇ ਅਹਿਮ ਯੋਗਦਾਨ ਸਾਡੇ ਭਰਾਵਾਂ ਦਾ ਹੈਗਾ, ਸਾਡੇ ਵੀਰਾਂ ਦਾ ਹੈਗਾ, ਅਤੇ ਸਾਡੀ ਮਾਤਾਵਾਂ, ਸਾਡੀਆਂ ਭੈਣਾਂ ਵੀ ਘੱਟ ਨਹੀਂ ਹੈਗੀਆਂ। ਇਹਦਾ ਐਗਜ਼ਾਮਪਲ ਹੈਗਾ ਸਾਡਾ ਖੁਦ ਆਪ ਦਾ ਚੈਨਲ ਜਸ ਬ੍ਰੌਡਕਾਸਟਿੰਗ। ਪਿਛਲੇ 12 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਸਾਡੇ CEO, ਸਾਡੇ ਪ੍ਰੈਜ਼ੀਡੈਂਟ, ਜੋ ਕਿ ਵਚਨਬੰਧ ਹੋਏ ਹਨ ਇਸ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦੇ ਲਈ ਔਰ ਇਹਨਾਂ ਸਾਰੇ ਸਿਧਾਂਤਾਂ ਨੂੰ ਅੱਗੇ ਰੱਖਣ ਦੇ ਲਈ ਅੱਜ ਮਿਡ ਵੈਸਟ ਸਿੱਖ ਗੁਰਦੁਆਰਾ ਸਾਹਿਬ ਵੀ ਉਹਨਾਂ ਨੂੰ ਰਿਕੋਗਨਾਈਜ਼ ਕਰਕੇ ਇਸ ਮੰਚ ਦੇ ਉੱਤੇ ਸੱਦਾ ਦੇਣਾ ਚਾਹੁੰਦਾ ਔਰ ਗੁਰੂ ਸਾਹਿਬ ਦੇ ਉਸ ਫਲਸਫੇ ਨੂੰ ਬੁਲਾਉਣਾ ਚਾਹੁੰਦਾ। ਅਸੀਂ ਸਵਾਗਤ ਕਰਦੇ ਹਾਂ ਸਾਡੇ CEO, ਸਾਡੇ ਪ੍ਰੈਜ਼ੀਡੈਂਟ ਪੈਨੀ ਸੰਧੂ ਜੀ ਹੋਰਾਂ ਦਾ, ਜੋ ਕਿ ਇਸ ਪੂਰੇ ਰੋਡ ਟ੍ਰਿਪ ਦੀ ਅਗਵਾਈ ਵੀ ਕਰ ਰਹੇ ਹਨ ਔਰ ਪਿਛਲੇ 12 ਸਾਲਾਂ ਤੋਂ ਕੰਮ ਕਰਦੇ ਹੋਏ, ਕਮਿਊਨਿਟੀ ਦੀ ਸਰਵਿਸ ਕਰਦੇ ਹੋਏ ਵਚਨਬੰਧ ਵੀ ਹੋ ਰਹੇ ਹਨ ਕਿ ਕਿਵੇਂ ਮਾਨਵਤਾ ਦੇ ਸੁਨੇਹੇ ਨੂੰ ਔਰ ਕਿਵੇਂ ਇਸ ਧਰਮ ਦੇ ਸੁਨੇਹੇ ਨੂੰ, ਜੋ ਕਿ ਸਾਨੂੰ ਗੁਰੂ ਸਾਹਿਬ ਦੇ ਗਏ ਸੀਗੇ। ਸੋ ਮੈਂ ਮੰਚ ਦੇ ਉੱਤੇ ਸਵਾਗਤ ਕਰਨਾ ਚਾਹਾਂਗਾ ਸਾਡੇ CEO, ਸਾਡੇ ਪ੍ਰੈਜ਼ੀਡੈਂਟ ਪੈਨੀ ਸੰਧੂ ਜੀ ਹੋਰਾਂ ਦਾ, ਜੋ ਕਿ ਮੁੱਖ ਤੌਰ 'ਤੇ ਖੁਦ ਇੱਥੇ ਆਪ ਪਹੁੰਚੇ ਹਨ ਸਾਡੇ ਨਾਲ ਇਸ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਏ ਸਲਿੰਕ ਦੇ ਵਿੱਚ। ਐਂਡ ਮੈਂ ਚਾਹਾਂਗਾ ਕਿ ਸੁਰਿੰਦਰ ਸਿੰਘ ਹੁੰਦਲ ਜੀ, ਤੁਸੀਂ ਰਿਕੋਗਨਾਈਜ਼ ਕਰਕੇ ਜ਼ਰੂਰ ਜੋ ਆਪਣੀ ਤੁਸੀਂ ਸਨਮਾਨ ਦੇਣਾ ਚਾਹੁੰਦੇ ਹੋ, ਸੋ ਤੁਸੀਂ ਜ਼ਰੂਰ। ਦੇਸ਼ ਤੇ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ, ਢੇਰ ਸਿਖਲੀਆਂ ਨੇ ਜਿਹਨਾਂ ਦੇਸ਼ ਦੀ ਕੌਮ ਦੀ ਵਿੱਚ ਪਿਆਰ ਪਾਇਆ, ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਜਸ ਪੰਜਾਬੀ ਦਾ, ਜਿਹੜੇ ਪੰਜਾਬੀ ਦੀ, ਪੰਜਾਬੀਅਤ ਦੀ ਔਰ ਸਿੱਖ ਧਰਮ ਦੀ ਨਿਤੜਕ ਸੇਵਾ ਕਰ ਰਹੇ ਹਨ। ਸੋ ਇੱਕ ਵਾਰ ਫਿਰ ਇਹਨਾਂ ਦਾ ਇੱਥੇ ਕੈਂਸਰ ਸਿਟੀ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਸੋ ਸਮੂਹ ਸੰਗਤਾਂ ਦਾ, ਜਿਹੜੀਆਂ ਜਸ ਪੰਜਾਬੀ ਦੇਖ ਰਹੀਆਂ, ਸਾਡੀ ਕੈਂਸਰ ਸਿਟੀ ਸੰਗਤ ਜਿਹੜੀ ਇੱਥੇ ਪਹੁੰਚੀ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਸੀਗੀ ਤਮਾਮ ਮਿਡ ਵੈਸਟ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸੰਗਤ, ਜੋ ਕਿ ਵਚਨਬੰਧ ਹੋਏ ਔਰ ਉਹਨਾਂ ਨੇ ਉਸ ਸੁਨੇਹੇ ਨੂੰ ਅੱਗੇ ਰੱਖਣ ਦੀ ਕਵਾਇਦ ਵੀ ਕੀਤੀ ਔਰ ਉਹਨਾਂ ਸਾਰੇ ਭਾਰ ਨੂੰ ਅਸੀਂ ਵੇਖ ਸਕਿਆ ਕਿ ਕਿਵੇਂ ਉਹਨਾਂ ਨੇ ਆਪਣੇ ਕੰਧਿਆਂ ਦੇ ਉੱਤੇ ਚੁੱਕਿਆ ਔਰ ਅੱਜ ਉਹ ਇਸ ਗੱਲ ਨੂੰ ਅੱਗੇ ਰੱਖਦੇ ਹੋਏ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਹੈਗਾ, ਜਿਹੜਾ ਕਿ ਫਿਊਚਰ ਪ੍ਰੋਜੈਕਟ ਹੈਗਾ, ਜੋ ਕਿ ਤੁਸੀਂ TV ਸਕਰੀਨ ਦੇ ਉੱਤੇ ਵੀ ਵੇਖ ਸਕਦੇ ਹੋ, ਉਹ ਉਹਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਦੇ ਵਿੱਚ ਲੈ ਕੇ ਆਵੇਗੀ ਅਤੇ ਨਾਲ ਹੀ ਗੁਰੂ ਸਾਹਿਬ ਦੇ ਇਸ ਫਲਸਫੇ ਨੂੰ ਵੀ ਅੱਗੇ ਰੱਖੇਗੀ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇਹਨਾਂ ਸਾਰੀ ਗੱਲਾਂ ਨੂੰ ਅੱਗੇ ਲਿਜਾਉਣ ਦੇ ਲਈ ਅੱਜ ਮਿਡ ਵੈਸਟ ਸਿੱਖ ਗੁਰਦੁਆਰਾ ਸਾਹਿਬ ਦੇ ਤਮਾਮ ਵਸਨੀਕ ਅਤੇ ਤਮਾਮ ਸੰਗਤ ਅਤੇ ਤਮਾਮ ਉਹ ਕਾਰੋਬਾਰੀ ਮੌਜੂਦ ਸੀਗੇ। ਇਸੇ ਤਰੀਕੇ ਨਾਲ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ ਦਾ ਕਾਰਵਾਂ ਜਾਰੀ ਰਹੇਗਾ। ਕੱਲ੍ਹ ਅਸੀਂ ਪਹੁੰਚ ਰਹੇ ਹਾਂ ਕੋਲੋਰੈਡੋ, ਜਿੱਥੇ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕਰਾਂਗੇ। ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਇਸ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ ਔਰ ਪਾਨੇ ਆ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।